hope you guys are doing well, and welcome to another Brit Asia Live. I'm your host Roz, and today I'll be talking to Himmat Sandhu. Now, he was on one of the competitions, singing competitions, a couple of years back, and then he actually came out of that and released like so many tracks. He released a track with Ladi Gil, which was his biggest track. Malomali Lagdan Dasab, you guys remember that track? And now he's finally dropping his first ever album. It's super exciting. I'm actually going to add him in. Aap Punjabi de vich gal karange, kyunki it's going to be a Punjabi live, and you guys know ki mainu Punjabi bolni thodi zyada pasand hai. So let's just get into it. He's the GOAT. Like I always say this, like he's great. Like he's got a great voice. He's trained, so he knows what he's on about. Like he's not like that, if you guys get what I mean. Sometimes I don't want to say something that might be offensive to anybody else. Anyway, right, only Punjabi. Hanji Punjabi de vich gal je tusi koi vi farmaish karni ha ja farmaish geet sunna ha ohna to ta tusi comments vi kar sakde ho whatever hai na. The questions we put up there in the comment section below. I'm actually waiting for him to just accept my request. I hope ki main right account nu bheja ya, like, because sometimes like haan ji sat sri kaal Himmat, kive ho tusi? Vadhiya, theek thaak, tusi dasso? Bahut vadhiya ji, thank you so much, tusi thoda time kadya sade layi. Ji ji, assi ta wait kar rahe si bete. Sorry, main 4 minute late ya. Late ho gaya. पेंडेमिक लॉकडाउन चल रहा है, बहुत सारी लाइव्स अफेक्ट हुई ने, थोड़ी लाइफ किवें दिया हुण करदे किद्दां ने? लाइफ सोहनी है, लॉकडाउन होने करके दो चार फायदे हो गए. एक तो चलो मापियां कोल रह 2 महीने सी, ਤੇ ਉੱਪਰੋਂ ਸਾਡਾ ਜਿਹੜਾ ਗਾਣੇ ਬਣਾਉਣ ਵਾਲਾ ਕੰਮ ਆ, ਇਹ ਥੋੜਾ ਅੰਦਰ ਖਾਤੇ ਵਾਲਾ ਵਾ, ਸਾਨੂੰ ਬਾਹਲਾ ਬਾਹਰ ਨਹੀਂ ਜਾਣਾ ਪੈਂਦਾ ਹਨਾ, ਤੇ ਉਸ ਕਰਕੇ ਘਰੇ ਰਹਿ ਕੇ ਅਸੀਂ ਮਤਲਬ ਇੱਕ ਜਿਵੇਂ ਨਾਰਮਲ ਲਾਈਫ 'ਚ ਆਪਾਂ ਥੋੜੇ ਥੋੜੇ ਗਾਣੇ ਬਣਾਉਂਦੇ ਸੀ, ਹੁਣ ਅਸੀਂ ਜ਼ਿਆਦਾ ਗਾਣੇ ਬਣਾ ਲਿਆ. ਜੀ, ਨੋਟਿਸ ਕਰ ਰਹੇ ਆ ਕਿ ਬਹੁਤ ਸਾਰੇ ਆਰਟਿਸਟ ਆਪਣੀਆਂ ਐਲਬਮਸ ਲੈ ਕੇ ਆ ਰਹੇ ਨੇ. ਫਰਸਟ ਐਲਬਮ ਤੁਹਾਡੀ ਵੀ ਆ ਰਹੀ ਆ, ਬਟ ਸਿੰਗਰਸ ਬੈਕ ਟੂ ਬੈਕ ਆ ਰਹੇ ਨੇ, ਯੂ نو ਲਾਈਕ ਮਿਊਜ਼ਿਕ ਸੀਨ ਆਪਣੀ ਪੰਜਾਬੀ ਇੰਡਸਟਰੀ ਦਾ ਬਹੁਤ ਜ਼ਿਆਦਾ ਬਿਜ਼ੀ ਹੋਇਆ ਪਿਆ. ਬਹੁਤ ਜ਼ਿਆਦਾ, ਯਾ, ਟ੍ਰੈਫਿਕ ਹੋਇਆ ਪਿਆ, ਪਤਾ ਨਹੀਂ ਲੱਗਦਾ ਕਿਹਦਾ ਗੀਤ ਸੁਣਿਆ ਕਿਹਦਾ ਨਹੀਂ. ਇਨ ਟਰਮਸ ਆਫ ਯੂ, ਤੁਹਾਡਾ ਕੰਮ ਵੱਧ ਗਿਆ ਜਾਂ ਸਾਊਂਡ ਘਟਿਆ ਹੋਇਆ ਆ? ਕਿੱਦਾਂ ਕਿੱਦਾਂ ਵੱਧ ਗਿਆ ਘਟਿਆ, ਮੈਂ ਸਮਝਿਆ ਨਹੀਂ. ਜਿੱਦਾਂ ਕਿਉਂਕਿ ਲੋਕਡਾਊਨ ਸੀ, ਸੋ ਤੁਹਾਡਾ ਕੰਮ ਵਧਿਆ ਹੋਇਆ ਆ, ਜ਼ਿਆਦਾ ਗੀਤ ਬਣਾ ਰਹੇ ਆ, ਜਾਂ ਫਿਰ ਓਬਵੀਅਸਲੀ ਕਿਉਂਕਿ ਸ਼ੋਜ਼ ਨਹੀਂ ਲੱਗ ਰਹੇ ਤਾਂ? ਨਹੀਂ, ਬਹੁਤ ਬਹੁਤ ਜ਼ਿਆਦਾ ਗੀਤ ਬਣਾਇਆ. ਜਿਹੜੀ ਸਾਡੀ ਐਲਬਮ ਆਈ ਆ ਨਾ, ਮੈਂ ਦੱਸਦਾ ਤੁਹਾਨੂੰ ਵੀ ਜਿਹੜੇ ਹੁਣ ਜਿਹੜੇ ਗੀਤ ਇਹਦੇ ਵਿੱਚ ਆਏ ਆ ਉਹ ਅਸੀਂ ਲੋਕਡਾਊਨ ਆਇਆ, ਸਾਡੀ ਲੋਕਡਾਊਨ ਤੋਂ ਪਹਿਲਾਂ ਮੈਂ ਅਨਾਉਂਸ ਕੀਤਾ ਹੋਇਆ ਸੀ ਕਿ ਸਾਡੀ ਐਲਬਮ ਆ ਰਹੀ ਆ. ਜਿਹੜੇ ਉਸ ਵੇਲੇ ਅਸੀਂ ਗੀਤ ਪਾਏ ਸੀ ਐਲਬਮ 'ਚ ਉਹ ਹੋਰ ਸੀਗੇ, ਸੋ ਸਾਨੂੰ ਲੋਕਡਾਊਨ ਦਾ ਫਾਇਦਾ ਹੋ ਗਿਆ. ਅਸੀਂ ਜਿਹੜੇ ਕਿੰਨੇ ਗੀਤ ਲੋਕਡਾਊਨ 'ਚ ਬਣਾਏ, ਮਤਲਬ ਲੱਗਦਾ 4-5 ਗਾਣੇ ਅਸੀਂ ਗਾਣੇ ਪੁਰਾਣੇ ਵਾਲੇ ਅਸੀਂ ਰਿਪਲੇਸ ਕਰਦੇ, ਨਵੇਂ ਗਾਣੇ ਪੈ ਗਏ ਐਲਬਮ 'ਚ. ਹਿੰਮਤ, ਥੋੜਾ ਜਿਹਾ ਐਲਬਮ ਦੀ ਗੱਲ ਥੋੜਾ ਲੇਟਰ ਆਨ ਕਰਾਂਗੇ, ਪਹਿਲਾਂ ਲਾਈਫ ਦੇ ਬਾਰੇ ਦੇਖਦੇ ਆ, ਕਿਉਂਕਿ ਯੂ ਹੈਵ ਹੈਡ ਲਾਈਕ ਇਨਸੇਨ ਤੁਸੀਂ ਕੰਪੀਟੀਸ਼ਨ ਦੇ ਵਿੱਚ ਗਏ, ਐਂਡ ਦੈਟ ਡਿਡ ਰੀਲੀ ਰੀਲੀ ਵੈਲ. ਉਹ ਇੱਕ ਟਰਨਿੰਗ ਪੁਆਇੰਟ ਸੀ ਤੁਹਾਡੀ ਲਾਈਫ ਦੇ ਵਿੱਚ, ਪਰ ਉਹਦੇ ਲਾਈਨਾਂ ਦੇ ਵਿੱਚ ਖੜੇ ਹੋਣਾ ਐਂਡ ਯੂ نو ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ, ਉਹ ਕਿੱਦਾਂ ਦਾ ਐਕਸਪੀਰੀਅੰਸ ਹੈ? ਤੇ ਹੁਣ ਜਦ ਤੁਸੀਂ ਸ਼ੋਜ਼ ਦੇ ਵਿੱਚ ਜਾਂਦੇ ਆ ਤੇ ਸਾਰੇ ਜਣੇ ਯੂ نو ਤੁਹਾਡੀ ਬੋਡੀ ਗਾਰਡ ਤੁਹਾਡੇ ਲਈ ਰਾਹ ਪਰੇ ਕਰਦੇ ਨੇ ਐਂਡ ਤੁਹਾਡੇ ਲਈ ਰਾਹ ਬਣਦਾ ਆ, ਸਟੇਜਾਂ ਤੇ ਜਾ ਕੇ ਫੈਨਸ ਰੌਲਾ ਪਾਉਂਦੇ ਨੇ, ਕਿੱਦਾਂ ਦਾ ਫੀਲ ਹੁੰਦਾ ਆ ਹੁਣ? ਬਹੁਤ ਸੋਹਣਾ ਫੀਲ ਹੁੰਦਾ ਜੀ. ਮੈਨੂੰ ਲੱਗਦਾ ਵੀ ਇੱਕ ਸਹੀ ਮਤਲਬ ਮੁਕਾਮ ਦੇ ਉੱਤੇ ਪਹੁੰਚਣ ਲਈ ਪਿੱਛੇ ਜਿਹੜਾ ਸਕਸੈਸ, ਚਾਹੇ ਮੈਂ ਨਹੀਂ ਆਂਦਾ ਕਿ ਮੈਂ ਬੜੇ ਧੱਕੇ ਖਾਧੇ, ਮੈਂ ਬਹੁਤ ਰੁਲਿਆ, ਪਰ ਇੱਕ ਰੱਬ ਨੇ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਮੈਨੂੰ ਕੱਲੀ ਕੱਲੀ ਧੱਕੇ ਵਾਲਾ ਪ੍ਰੋਪਰ ਫੀਲ ਦੇ ਕੇ ਉੱਥੇ ਤੱਕ ਪਹੁੰਚਾਇਆ ਮੈਨੂੰ. ਸਭ ਕੁਝ ਵੇਖਿਆ ਜੀ ਜ਼ਿੰਦਗੀ ਦਾ. ਜੀ ਹਿੰਮਤ, ਉਦਾਂ ਕਹਿ ਸਕਦੇ ਆ ਕਿ ਥੋੜੀ ਬਹੁਤ ਸੰਗੀਤ ਦੀ ਕਦਰ ਤਾਂ ਸਭ ਕਰਦੇ ਨੇ, ਪਰ ਸੰਗੀਤ ਥੋੜਾ ਟੈਕਨੀਕਲੀ ਜਿਹੜਾ ਸੰਗੀਤ ਹੈ ਉਹ ਥੋੜਾ ਘਟ ਗਿਆ ਆ ਆਪਣੀ ਇੰਡਸਟਰੀ ਦੇ ਵਿੱਚ ਸ਼ਾਇਦ, ਕਿਉਂਕਿ ਸਿੱਖਣ ਤੋਂ ਬਗੈਰ ਬਹੁਤ ਸਾਰੇ ਆਰਟਿਸਟ ਆ ਰਹੇ ਨੇ, ਤੁਸੀਂ ਸਿੱਖੇ ਹੋਏ ਹੰਡੇ ਹੋਏ ਕਲਾਕਾਰ ਹੋ. ਮੈਂ ਬਾਲਾ ਬਹੁਤਾ ਜ਼ਿਆਦਾ ਮੈਂ ਵੀ ਡੀਪਲੀ ਨਹੀਂ ਸਿੱਖਿਆ, ਕਿ ਮੈਂ ਉਹਨਾਂ ਕ ਸਿੱਖਿਆ ਵਾਂ ਕਿ ਮੈਂ ਗਾ ਵਜਾ ਵਧੀਆ ਸਕਦਾ, ਸੁਣ ਵਧੀਆ ਸਕਦਾ ਆ, ਮੈਨੂੰ ਕੋਈ
औखा ही नहीं होगी गाउन उदान या ਤੁਹਾਡੀ ਲਈ ਇੰਡਸਟਰੀ ਅੱਜ ਕੱਲ ਤੁਹਾਡੀ ਲਈ ਇੰਡਸਟਰੀ ਕਿਵੇਂ ਦੀ ਆ ਤੁਸੀਂ ਕਿਦਾਂ ਦੀ ਦੇਖਦੇ ਆ ਇੰਡਸਟਰੀ ਵਧੀਆ ਲੱਗ ਰਿਹਾ ਜੋ ਚੱਲ ਰਿਹਾ ਆ ਨਹੀਂ ਵਧੀਆ ਆ ਸਾਰਾ ਕੁਝ ਵੇਖੋ ਜੇ ਆਪਾਂ ਕਹਿ ਦਿੰਦੇ ਆ ਕਿ ਅਗਲੇ ਨੇ ਸਿੱਖਿਆ ਨਹੀਂ ਉਹ ਬਿਨਾਂ ਸਿੱਖਿਆ ਗਾਉਣ ਲੱਗ ਗਿਆ ਕਈਆਂ ਨੂੰ ਗੋਡ ਗਿਫਟਡ ਵੀ ਹੁੰਦੀ ਹੈ ਇਹ ਚੀਜ਼ ਹਨਾ ਅਗਰ ਉਹਨੂੰ ਗਾਉਣਾ ਨਹੀਂ ਆਉਂਦਾ ਜੇ ਕਿਸੇ ਨੂੰ ਕੋਈ ਸਕਸੈਸ ਮਿਲਦੀ ਹੈ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੁੰਦਾ ਨਾ ਉਹਨੇ ਜੇ ਗਾਉਣ ਵਜਾਉਣ 'ਚ ਕੋਈ ਮਿਹਨਤ ਨਹੀਂ ਕੀਤੀ ਹੋਊਗੀ ਕੀ ਪਤਾ ਉਹਨੇ ਕਿਸੇ ਹੋਰ ਚੀਜ਼ 'ਚ ਕੋਈ ਮਿਹਨਤ ਕੀਤੀ ਹੋਵੇ ਉਹਨੂੰ ਚੰਗੀ ਚੀਜ਼ ਦਾ ਫਲ ਮਿਲਿਆ ਹੋਊਗਾ ਨਾ ਤੇ ਆਪਾਂ ਐਵੇਂ ਕਿਸੇ ਨੂੰ ਵੀ ਕਹਿ ਸਕਦੇ ਹੁੰਦੇ ਵੀ ਉਹਨੂੰ ਗਾਉਣਾ ਨਹੀਂ ਆਉਂਦਾ ਉਹ ਸਿੱਖਿਆ ਨਹੀਂ ਤੇ ਪਤਾ ਨਹੀਂ ਕੀ ਤੁੱਕਾ ਲੱਗ ਗਿਆ ਹਨਾ ਸੋ ਹਾਂ ਐਵੇਂ ਵੀ ਨਹੀਂ ਹੁੰਦਾ ਕਿਸੇ ਨਾ ਕਿਸੇ ਚੀਜ਼ 'ਚ ਬੰਦੇ ਨੇ ਮਿਹਨਤ ਕੀਤੀ ਜ਼ਰੂਰ ਹੁੰਦੀ ਹੈ ਤੁਹਾਡਾ ਇੱਕ ਗੀਤ ਵੀ ਆਇਆ ਸੀਗਾ ਕਿ ਤੁੱਕੇ ਨਹੀਂ ਲਾਏ ਮਿਹਨਤਾਂ ਨਹੀਂ ਕੀਤੀਆਂ ਲਾਏ ਨਹੀਂ ਕਿ ਮਿਹਨਤਾਂ ਨਹੀਂ ਕੀਤੀਆਂ ਤੇ ਮੇਰੀ ਵਰਡਸ ਥੋੜੇ ਕਿ ਮੈਂ ਗਲਤ ਹੋ ਜਾਂਦੇ ਆ ਬਟ ਆਈ ਕੈਨ ਗੈਟ ਦਿਸ ਆਲ ਰਾਈਟ ਨਹੀਂ ਕੋਈ ਨਹੀਂ ਕੋਈ ਉਸ ਗੀਤ ਦੇ ਵਿੱਚ ਵੀ ਤੁਸੀਂ ਇਹੀ ਗੱਲ ਕੀਤੀ ਸੀਗੀ ਕਿ ਯੂ نو ਬਹੁਤ ਮਿਹਨਤ ਕੀਤੀ ਆ ਐਂਡ ਅਸੀਂ ਦੇਖਦੇ ਆ ਕਿ ਯੂ نو ਯੂ ਵਰਕ ਰੀਲੀ ਰੀਲੀ ਹਾਰਡ ਪਰ ਜਦੋਂ ਤੁਸੀਂ ਵੌਇਸ ਆਫ ਪੰਜਾਬ ਗਏ ਸੀਗੇ ਉਸ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਉਹਦੇ ਵਿੱਚ ਕੀ ਕੁਝ ਹੋਇਆ ਕਿਉਂਕਿ ਵੌਇਸ ਆਫ ਪੰਜਾਬ ਫਿਨਿਸ਼ ਹੋ ਜਾਂਦਾ ਆ ਫਿਰ ਸਟਰਗਲ ਆਰਟਿਸਟ ਦੀ ਕੀ ਹੈ ਕਿਉਂਕਿ ਉਹ ਕਿਸੇ ਦੀ ਯੂ نو ਕਦੀ ਗੱਲ ਨਹੀਂ ਕੀਤੀ ਜਾਂਦੀ ਜਾਂ ਉਹ ਦਿਸਦਾ ਨਹੀਂ ਹੈਗਾ ਕਿਸੇ ਨੂੰ ਲੱਗਦਾ ਅਸਲੀ ਸਟਰਗਲ ਸਾਡਾ ਹੁਣ ਚੱਲ ਰਿਹਾ ਹੈ ਮੈਂ ਆਪਦੀ ਗੱਲ ਕਰਾਂ ਕਿਉਂਕਿ ਜਦੋਂ ਸਟਾਰਟ ਕਰਨਾ ਸੀ ਸਾਰਾ ਕੁਝ ਉਦੋਂ ਪਤਾ ਹੀ ਕੁਝ ਨਹੀਂ ਸੀ ਉਦੋਂ ਤੇ ਇੱਕ ਫ੍ਰੀ ਮਾਈਂਡ ਚੱਲ ਰਿਹਾ ਸੀ ਕਿ ਗਾਣਾ ਲੈ ਲਿਆ ਲਿਰਿਕਸ ਲੈ ਲਏ ਮਿਊਜ਼ਿਕ ਕਰ ਲਿਆ ਵੀਡੀਓ ਕਰ ਲਈ ਹੁਣ ਇਹਨੂੰ ਰਿਲੀਜ਼ ਕਰ ਦੇਣਾ ਹਨਾ ਹੁਣ ਇਸ ਇੰਡਸਟਰੀ ਦੀ ਕੰਮ ਕਰਨ ਦੀ ਕੱਲੀ ਕੱਲੀ ਚੀਜ਼ ਪਤਾ ਲੱਗ ਗਈ ਆ ਹੁਣ ਟੈਨਸ਼ਨਾਂ ਜ਼ਿਆਦੀਆਂ ਵੱਧ ਗਈਆਂ ਅਸਲੀ ਸਟਰਗਲ ਹੁਣ ਪੈਰ ਪੈਰ ਤੇ ਬਚਣਾ ਕਿਉਂਕਿ ਸੱਪ ਬਹੁਤ ਬੈਠੇ ਹੋਏ ਨੇ ਤੇ ਇਹ ਇਹ ਸਿਸਟਮ ਜਿਹੜਾ ਨਾ ਮੇਨ ਸਟਰਗਲ ਹੁਣ ਆ ਹੁਣ ਜੇ ਆਪਾਂ ਆਪਦੇ ਆਪ ਨੂੰ ਸੰਭਾਲਾਂਗੇ ਤੇ ਫਿਰ ਹੋਰ ਅੱਗੇ ਜਾਵਾਂਗੇ ਪਿੱਛੇ ਤਾਂ ਚਲੋ ਉਹਨਾਂ ਕ ਤਾਂ ਇੱਥੇ ਤੱਕ ਆਉਣ ਲਈ ਹਰ ਕਿਸੇ ਨੂੰ ਕਰਨਾ ਪੈਂਦਾ ਜੀ ਹਿੰਮਤ ਵੈਸੇ ਅਸੀਂ ਇਹ ਗੱਲ ਥੋੜੀ ਪਹਿਲਾਂ ਵੀ ਸੁਣੀ ਹੋਈ ਆ ਬਟ ਪੇਰੈਂਟਸ ਦੇ ਕੀ ਰਿਐਕਸ਼ਨ ਸੀਗਾ ਜਦ ਤੁਸੀਂ ਕਿਹਾ ਕਿ ਮੈਂ ਨਾ 뮤직 ਦੇ ਵਿੱਚ ਜਾਣਾ ਮੈਨੂੰ ਹੋਰ ਕੰਮ ਕੋਈ ਸੋਚਦਾ ਨਹੀਂ ਹੈਗਾ ਮੈਂ ਕਰਨਾ ਤਾਂ ਕ੍ਰੀਏਟਿਵ ਕੰਮ ਹੀ ਕਰਨਾ ਨਹੀਂ ਮਾਪੇ ਤਾਂ ਰੱਬ ਬੰਦੇ ਆ ਜੀ ਸਾਡੇ ਮੈਂ ਐਵੇਂ ਨਹੀਂ ਕਦੀ ਕਿਹਾ ਹੀ ਨਹੀਂ ਸੀ ਕਿ ਮੈਨੂੰ ਹੋਰ ਕੋਈ ਕੰਮ ਸੋਚਦਾ ਨਹੀਂ ਮੈਂ ਸੋਚਿਆ ਨਹੀਂ ਸੀ ਕਦੀ ਸ਼ੁਰੂ ਤੋਂ ਹੀ ਕਿਸੇ ਮੈਂ ਸੋਚਦਾ ਨਾ ਵੀ ਅਸੀਂ ਸ਼ੁਰੂ ਤੋਂ ਹੀ ਕਦੀ ਇਹ ਨਹੀਂ ਕਿਹਾ ਵੀ ਮੈਂ ਬੜਾ ਹੋ ਕੇ ਡਾਕਟਰ ਬਣੂਗਾ ਮੈਂ ਬੜਾ ਹੋ ਕੇ ਪਾਇਲਟ ਬਣੂਗਾ ਉਹ ਹੀ ਗਾਉਂਦੇ ਹੁੰਦੇ ਸੀ ਸ਼ੁਰੂ ਤੋਂ ਹੀ ਖੇਤਾਂ 'ਚ ਵੱਟਾਂ ਤੇ ਬੈਠੇ ਟਰੈਕਟਰ ਤੇ ਗਾਈ ਜਾਣਾ ਤੇ ਘਰਦਿਆਂ ਨੂੰ ਵੀ ਸੀਗਾ ਵੀ ਜਦੋਂ ਵੀ ਕਰੂਗਾ ਵੀ ਇਹ ਗਾਊਗਾ ਹੀ ਪਰ ਸਾਨੂੰ ਇਹ ਨਹੀਂ ਪਤਾ ਸੀ ਘਰਦਿਆਂ ਨੂੰ ਵੀ ਕਦੋਂ ਜਾਊਗਾ ਫਿਰ ਮੈਂ ਜਦੋਂ ਅਚਾਨਕ ਹੀ ਮੈਨੂੰ ਲੱਗਦਾ ਪਲੱਸ ਟੂ ਦੇ ਮਹੀਨਾ ਕੀ ਗਿਆ ਸੀ ਮੈਂ ਉੱਥੇ ਕਲਾਸ ਲਾਉਣ ਤੇ ਮੈਂ ਅਚਾਨਕ ਹੀ ਕਹਿਤਾ ਕਿ ਮੈਂ ਨਹੀਂ ਹੁਣ ਜਾਣਾ ਪੜ੍ਹਨ ਕਿ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਹੁਣ ਵੀ ਸਿੱਖਣ ਜਾਣਾ ਆ ਮੈਂ ਪਤਾ ਕਰ ਲਿਆ ਸਾਰਾ ਕੁਝ ਉਹ ਸ਼ੌਕਡ ਸੀਗੇ ਵੀ ਇਦਾਂ ਪੜ੍ਹਾਈ ਵਿਚਾਲੇ ਛੱਡ ਕੇ ਤੂੰ ਸ਼ਿਓਰ ਆ ਤੇ ਮੈਂ ਕਿਹਾ ਹਾਂ ਵੀ ਹੁਣ ਮੇਰਾ ਪੜ੍ਹਾਈ 'ਚ ਦਿਲ ਨਹੀਂ ਲੱਗਦਾ ਵੀ ਐਵੇਂ ਤੁਹਾਡੇ ਪੈਸੇ ਖਰਾਬ ਕਰੂੰਗਾ ਆਪਾਂ ਦੂਜੇ ਬੰਨੇ ਲੱਗੀਏ ਜੀ ਮੈਂ ਫਿਰ ਕਹਿੰਦੇ ਚੱਲ ਕੋਈ ਨਹੀਂ ਤੈਨੂੰ ਜਿਵੇਂ ਜੋ ਕਰਨਾ ਵਾ ਕਰਕੇ ਵਿਖਾਈ ਕਰ ਲਾ ਜੀ ਹੁਣ ਪ੍ਰਾਊਡ ਨੇ ਹੁਣ ਖੁਸ਼ ਹੁੰਦੇ ਨੇ ਤੁਹਾਡਾ ਉਹਨਾਂ ਨੂੰ ਖੁਸ਼ ਵੇਖ ਕੇ ਤਾਂ ਸਾਡੇ ਹੌਸਲੇ ਬਹੁਤ ਤਗੜੇ ਆ ਜੀ ਨਾਈਸ ਇਟਸ ਵੀ ਐਂਡ ਫਰੈਂਡਸ ਦੇ ਬਾਰੇ ਦੱਸੋ ਕਿਉਂਕਿ ਤੁਹਾਡੀ ਫਰੈਂਡਸ ਹਮੇਸ਼ਾ ਦੇਖਦੇ ਆ ਜਦੋਂ ਯੂ نو ਕਾਲਜ ਸਟੂਡੈਂਟਸ ਜਾਂਦੇ ਨੇ ਲਾਈਨ ਦੇ ਵਿੱਚ ਤੇ ਉਹ ਸਿੱਖਣ ਜਾਂਦੇ ਕੰਪੀਟੀਸ਼ਨ ਦੇ ਵਿੱਚ ਜਾਂਦੇ ਨੇ ਐਂਡ ਤੁਸੀਂ ਵੀ ਇਹ ਗੱਲ ਅਕਸਰ ਕੀਤੀ ਹੈ ਕਿ ਫਰੈਂਡਸ ਤੁਹਾਡੇ ਆਲੇ ਦੁਆਲੇ ਕਾਫੀ ਰਹੇ ਨੇ ਤੁਹਾਡੇ ਫਰੈਂਡਸ ਦਾ ਸਪੋਰਟ ਕਿਵੇਂ ਦਾ ਸੀਗਾ ਯੂ نو ਜਦ ਤੁਸੀਂ ਕੰਪੀਟੀਸ਼ਨ ਦੇ ਵਿੱਚ ਗਏ ਸ਼ੇਅਰ ਕਰ ਰਹੇ ਸੀਗੇ ਪੋਸਟਰਸ ਤੁਹਾਡੇ ਹਾਂ ਹਾਂ ਮੇਰਾ ਨਾ ਫਰੈਂਡ ਸਰਕਲ ਬਾਲਾ ਵੱਡਾ ਨਹੀਂ ਹੈਗਾ ਪਰ ਅਸੀਂ 5-7 ਯਾਰ ਆ ਤੇ ਮੇਰੇ ਮੇਰੇ ਦੋ ਤਰੀਕੇ ਦੇ ਆ ਉਹ ਜਿਵੇਂ ਇੱਕ ਇੱਕ ਜਿਹੜਾ ਸਰਕਲ ਹੈਗਾ ਉਹ ਵੱਡੇ ਵੱਡੇ ਨੇ ਵਿਆਹੇ ਵਰੇ ਜਿਹੜੇ 30-35-35 40-40 ਸਾਲ ਵਾਲੇ ਹਨਾ ਤੇ ਇੱਕ ਮੇਰੇ ਹਾਣ ਦੇ ਜਿਹੜੇ ਹੈਗੇ ਆ ਉਹ ਤੇ ਉਹ ਸਾਰਿਆਂ ਦੀ ਵਧੀਆ ਸਪੋਰਟ ਰਹੀ ਉਹਨਾਂ ਨੇ ਸਗੋਂ ਯਾਰ ਤਾਂ ਹੱਲਾ ਸ਼ੇਰੀ ਦਿੰਦੇ ਆ ਸਿਰਾ ਬਾਬੇ ਨਹੀਂ ਵੀ ਚੰਗੀ ਚੀਜ਼ ਹੋਵੇ ਉਹਨਾਂ ਨੂੰ ਤਾਂ ਹੀ ਹੁੰਦਾ ਫਿਰ ਬੰਦਾ ਸੋਚਦਾ ਵੀ ਸਾਲੇ ਬਾਅਦ ਤੇ ਮਾੜੀ ਹੀ ਇਹਨੂੰ ਤੇ ਮਾੜਾ ਕਹਿ ਦੋ ਅੱਛਾ ਇਦਾਂ ਵੀ ਹੁੰਦੀ ਆ ਇਹ ਤਾਂ ਯਾਰ ਹੀ ਹੁੰਦੇ ਆ ਇਹ ਤਾਂ ਰੱਬ ਦੇ ਤੌਰ That's really nice. ਹੁਣ ਤੁਸੀਂ ਪਿੰਡ ਆ ਜਾਂ ਚੰਡੀਗੜ੍ਹ ਕਿੱਥੇ ਕੰਮ ਕਰਦੇ ਹੋ ਐਂਡ ਯੂਪੀ ਆ ਫਿਰ ਉੱਥੋਂ ਰਹਿ ਕੇ ਮੈਂ ਕੰਮ ਕਰਨਾ ਥੋੜਾ ਔਖਾ ਹੋ ਜਾਂਦਾ ਇਸ ਕਰਕੇ ਦਿਲ ਬਹੁਤ ਕਰਦਾ ਕਿ ਪਿੰਡ ਰਹੀਏ ਪਰ ਕੰਮ ਇੱਥੇ ਆ ਤੇ ਫਿਰ ਰਹਿਣਾ ਪੈਂਦਾ ਯਾ ਸੋ ਹੁਣ ਆਫ ਕੋਰਸ ਫਿਰ ਆਇਆ ਤੁਹਾਡਾ ਗੀਤ ਸਾਬ ਦੈਟ ਵਾਸ ਵਨ ਆਫ ਦ ਬਿਗੇਸਟ ਐਲਬਮ ਨਹੀਂ ਉਹ ਐਲਬਮ ਤਾਂ ਫਿਰ ਆਈ ਹੈ ਹੁਣ ਆ ਰਹੀ ਹੈ ਬਟ ਮੈਂ ਕੰਫਿਊਜ਼ ਹੋ ਗਿਆ ਨਾ ਇਸ ਐਲਬਮ ਦਾ ਨਾਮ ਜਿਵੇਂ ਆਪਾਂ ਟਾਈਮ ਲਾਈਨਸ ਆ ਰਹੀ ਹੈ ਨਾ ਸਟਰਗਲ ਸਟਰਗਲ ਲਾਈਫ ਹੈ ਹੁਣ ਅਬ ਪਹੁੰਚੇ ਆ ਸਾਬ ਗਾਣੇ ਤੇ ਸਾਬ ਗਾਣਾ ਰਿਲੀਜ਼ ਹੋਇਆ ਐਂਡ ਇਟ ਵਾਸ ਐਵਰੀਵੇਅਰ ਯੂ نو
ਮੈਂ ਲਾਡੀ ਗਿੱਲ ਜੀ ਨੂੰ ਵੀ ਮਿਲੀ ਸੀਗੀ ਗੀਤ ਦੇ ਠੀਕ ਹੈ ਰਿਲੀਜ਼ ਜੀ, ਹੋਣ ਤੋਂ ਬਾਅਦ ਹੀ, ਤੇ ਉਹ ਵੀ ਠੀਕ ਹੈ ਕਹਿ ਜੀ, ਰਹੇ ਸੀਗੇ ਕਿ ਇਹਨੂੰ ਇੰਨੀ ਮਿਹਨਤ, ਸਾਨੂੰ ਐਕਸਪੈਕਟ ਨਹੀਂ ਸੀਗਾ ਕਿ ਗੀਤ ਇੰਨਾ ਵਧੀਆ ਕਰ ਜੂਗਾ। ਜੀ ਗੀਤ ਇੰਨਾ ਵਧੀਆ ਕੀਤਾ, ਉਸ ਤੋਂ ਬਾਅਦ ਇੰਨੇ ਜ਼ਿਆਦਾ ਗੀਤ ਤੁਹਾਡੇ ਰਿਲੀਜ਼ ਹੋਏ ਨੇ, ਇੰਨੀ ਜ਼ਿਆਦਾ ਅਪਰੋਚ ਮਿਲੀ ਆ, ਪਰ ਸਾਫ ਗੀਤ ਤੁਹਾਡੇ ਲਈ ਕੀ ਮੀਨ ਕਰਦਾ ਆ, ਤੁਸੀਂ ਕਿਵੇਂ ਉਹਨੂੰ ਲੈਂਦੇ ਆ? ਉਹਨੂੰ ਤਾਂ ਸਾਡਾ ਮਤਲਬ ਇੱਕ ਉਹ ਰੱਬ ਦੇ ਸ਼ੁਕਰ ਵਾਲੀ ਚੀਜ਼ ਆ, ਕਿਉਂਕਿ ਜਦੋਂ ਬੰਦਾ ਇਹ ਸੋਚ ਕੇ ਹਮੇਸ਼ਾ ਹੀ ਆਉਂਦਾ ਵੀ ਚੱਲ ਪਹਿਲਾ ਗੀਤ ਆ, ਇਹਦੇ ਤੋਂ ਜ਼ਿਆਦਾ ਉਮੀਦ ਨਾ ਰੱਖੀਏ, ਕਿਉਂਕਿ ਮੇਰੀ ਖੁਦ ਦੀ ਆਡੀਅੰਸ ਵੀ ਏਡੀ ਜ਼ਿਆਦਾ ਨਹੀਂ ਹੈਗੀ ਅਜੇ, ਹੌਲੀ ਹੌਲੀ ਸਭ ਕੁਝ ਵੱਡਾ ਹੋਊਗਾ ਨਾ। ਪਰ ਜਦੋਂ ਮੈਂ ਪਹਿਲਾ ਗੀਤ ਹੀ ਕੀਤਾ ਤੇ ਉਹ ਮਤਲਬ ਇੱਕ ਉਹ ਉਸ ਚੀਜ਼ ਨੇ ਮੈਨੂੰ ਇੰਨਾ ਉਹ ਕੁਝ ਦਿੱਤਾ ਜਿਹੜਾ ਬੰਦਾ ਗਾਂਹ ਜਾ ਕੇ ਸੋਚਦਾ ਵੀ 7-8 ਗੀਤਾਂ ਵੱਧ ਹੋਊਗਾ, ਤੇ ਉਹ ਤਾਂ ਮੇਰੇ ਲਈ ਬਹੁਤ ਵੱਡਾ ਜੀ। ਯਾ ਤੁਸੀਂ ਦੋ ਲਾਈਨਾਂ ਜ਼ਰੂਰ ਸੁਣਾਓ ਸਾਨੂੰ ਸਾਗ ਗਾਣੀ ਦੀਆਂ, ਬਿਕਾਜ਼ ਹੋ ਦਿਨ ਚੜਦਾ ਤੇ ਸੂਰਜ ਦਿਖਾਉਂਦਾ ਲਾਲੀਆਂ, ਅਸੀਂ ਯਾਰੀ ਚ ਨਹੀਂ ਕਰਦੇ ਦਲਾਲੀਆਂ, ਹੋ ਠੁੱਕ ਏਰੀਏ ਦੇ ਵਿੱਚ ਪੂਰੀ ਯਾਰ ਦੀ, ਕਹਿੰਦੇ ਸ਼ਾਹੂਕਾਰ ਸਾਰੇ ਹੀ ਜਨਾਬ ਨੀ, ਹੋ ਮਿੱਤਰਾਂ ਦੇ ਗੋਤ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਹਬ ਨੀ, ਮਿੱਤਰਾਂ ਦੇ ਗੋਤ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਹਬ ਨੀ। ਬਹੁਤ ਸਾਰੀ ਗੀਤ ਉਸ ਤੋਂ ਬਾਅਦ ਵੀ ਆਏ ਨੇ। ਆਈ ਮਸਟ ਸੇ ਕਿ ਜਿਵੇਂ ਤੁਸੀਂ ਰਿਕਾਰਡਿੰਗਸ ਦੇ ਵਿੱਚ ਸਾਊਂਡ ਕਰਦੇ ਹੋ, ਉਦਾਂ ਹੀ ਤੁਸੀਂ ਰੀਅਲ ਲਾਈਫ ਦੇ ਵਿੱਚ ਸਾਊਂਡ ਕਰਦੇ ਆ। ਸੋ ਫਿਰ ਬਹੁਤ ਸਾਰੀ ਗੀਤ ਆਏ ਨੇ ਉਸ ਤੋਂ ਬਾਅਦ, ਬਹੁਤ ਜ਼ਿਆਦਾ ਅਪਰੋਚਿਸ ਆਉਣ ਲੱਗ ਪਈਆਂ, ਆਰਟਿਸਟਾਂ ਨੇ ਖੁਦ ਕਿਹਾ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਯੂ ਨੋ ਆਰਟਿਸਟ ਇੰਡਸਟਰੀ ਦੀ ਕੀ ਉਸ ਦੀ ਅਪਰੋਚ ਕੀ ਸੀ ਇੰਡਸਟਰੀ ਦੀ ਗਾਣੇ ਤੋਂ ਬਾਅਦ? ਹਾਂਜੀ, ਜਦੋਂ ਇਹ ਗਾਣਾ ਆਇਆ ਸਾਡਾ ਪਹਿਲਾਂ ਆਡੀਓ ਲੀਕ ਹੋਇਆ ਸੀ, ਤੇ ਇਹ ਸਾਡੀ ਇਹ ਗਾਣੇ ਦੀ ਡੀਲ ਆਲਰੇਡੀ ਕਿਸੇ ਲੇਬਲ ਨਾਲ ਹੋ ਚੁੱਕੀ ਸੀ। ਜਦੋਂ ਇਹਦਾ ਆਡੀਓ ਲੀਕ ਹੋਇਆ ਤੇ ਮਤਲਬ ਮੈਂ ਤਾਂ ਨਵਾਂ ਹੀ ਹਾਂ, ਉਹ ਚੀਜ਼ਾਂ ਐਕਸਪੈਕਟ ਹੀ ਨਹੀਂ ਕੀਤੀਆਂ ਸੀ ਕਦੀ। ਜਦੋਂ ਆਡੀਓ ਲੀਕ ਹੋਇਆ ਤੇ ਚੰਗੇ ਚੰਗੇ ਰਿਕਾਰਡ ਲੇਬਲਸ ਦੀਆਂ ਕਾਲਾਂ ਆਈਆਂ ਵੀ ਇਹ ਗਾਣਾ ਸਾਨੂੰ ਦੇ ਦਿਓ, ਅਸੀਂ ਇਹਦਾ ਪ੍ਰੋਜੈਕਟ ਸਾਨੂੰ ਦੇ ਦਿਓ ਵੀ ਅਸੀਂ ਵੀਡੀਓ ਕਰਦੇ ਹਾਂ, ਸਾਰੀ ਪ੍ਰਮੋਸ਼ਨ ਵਗੈਰਾ ਅਸੀਂ ਕਰਾਂਗੇ, ਪਰ ਸਾਡੀ ਆਲਰੇਡੀ ਡੀਲ ਹੋਈ ਹੋਈ ਸੀ ਕਿਸੇ ਨੂੰ। ਉਹ ਚੀਜ਼ ਮੇਰੇ ਲਈ ਬੜੀ ਵੱਡੀ ਸੀ ਕਿ ਮੈਂ ਨਵਾਂ ਆ, ਮੈਨੂੰ ਚੰਗਾ ਲੱਗਦਾ ਵੀ ਯਾਰ ਕਿਆ ਬਾਤ ਹੈ, ਮੈਨੂੰ ਕਾਲਾਂ ਆ ਰਹੀਆਂ ਨੇ ਵੀ ਸਾਨੂੰ ਗਾਣਾ ਦੇ, ਅਸੀਂ ਕਰਦੇ ਹਾਂ ਤੇਰੇ ਨਾਲ। ਵਧੀਆ, ਠੀਕ ਹੈ, ਸਭ ਕੁਝ ਸੈੱਟ ਸੀ। ਲਾਡੀ ਗਿੱਲ ਦੇ ਨਾਲ ਤੁਸੀਂ ਬੜਾ ਕੰਮ ਕੀਤਾ ਹੈ ਤੇ ਹੀ ਇਜ਼ ਅ ਵੈਰੀ ਗੁੱਡ ਫਰੈਂਡ ਆਫ ਯੂਰਸ ਐਸ ਵੈਲ। ਰਿਲੇਸ਼ਨਸ਼ਿਪ ਕਿਵੇਂ ਸਟਾਰਟ ਹੋਈ, ਫਰੈਂਡਸ਼ਿਪ ਕਿੱਥੋਂ ਸਟਾਰਟ ਹੋਈ, ਯੂ ਨੋ ਕਿੱਦਾਂ ਤੁਸੀਂ ਫਰੈਂਡਸ ਬਣੇ ਐਂਡ ਉਹ ਕਿਵੇਂ ਸਬਬ ਬਣ ਗਿਆ ਕਿ ਕੰਮ ਕਰਨਾ? ਤੇ ਇਦਾਂ ਹੋਇਆ, ਮੇਰਾ ਇੱਕ ਵੱਡਾ ਭਰਾ ਹੀ ਕਹਿ ਸਕਦਾ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਮੇਰਾ ਫਰੈਂਡ ਸਰਕਲ ਇੱਕ ਵੱਡੇ ਭਰਾ ਵਾਲਾ ਵੀ ਹੈਗਾ, ਤੇ ਉਹ ਮੇਰਾ ਇੱਕ ਸਾਡਾ ਹਾਂਗਕਾਂਗ ਰਹਿੰਦਾ, ਤੇ ਉਹਨਾਂ ਦਾ ਇੱਕ ਜਿੱਦਾਂ ਕੰਮ ਦੇ ਵਿੱਚ ਪਾਰਟਨਰ ਆ, ਉਹਨਾਂ ਦਾ ਭਰਾਵਾਂ ਵਰਗਾ ਹੀ ਆ ਉਹ, ਹਨਾ, ਉਹ ਲਾਡੀ ਵੀਰੇ ਦੇ ਪਿੰਡ ਤੋਂ ਨੇ। ਤੇ ਜਦੋਂ ਅਸੀਂ ਇਹ ਚੀਜ਼ ਸੋਚੀ ਵੀ ਹੁਣ ਅਸੀਂ ਗਾਣਾ ਕਰਨਾ ਆ ਤੇ ਵੀ ਉਹ ਸਿਆਣੇ ਆ, ਉਹਨਾਂ ਨੂੰ ਇਹ ਲੱਗਦਾ ਸੀ ਵੀ ਕਿਤੇ ਫਸ ਨਾ ਜਾਈਏ, ਐਵੇਂ ਪੈਸੇ ਨਾ ਕਿਤੇ ਆਪਣੇ ਖਰਾਬ ਹੋ ਜਾਣ, ਹਨਾ, ਆਲਰੇਡੀ 2-4 ਚੀਜ਼ਾਂ ਇਹੋ ਜਿਹੀਆਂ ਹੋਈਆਂ ਸੀ, ਅਸੀਂ ਥੋੜੇ ਡਰੇ ਹੋਏ ਸੀ। ਫਿਰ ਉਹ ਜਿਹੜਾ ਲਾਡੀ ਵੀਰੇ ਦੇ ਪਿੰਡ ਦਾ ਵੀਰ ਜਿਹੜਾ ਹੈਗਾ, ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦਾ ਹੀ ਆ ਲਾਡੀ, ਤੇ ਤੁਸੀਂ ਚੰਡੀਗੜ੍ਹ ਚਲੇ ਜਾਓ ਤੇ ਮੈਂ ਉਹਨੂੰ ਸਾਰਾ ਕੁਛ ਕਹਿ ਦੇਣਾ ਆ ਤੇ ਤੁਸੀਂ ਰਿਕਾਰਡ ਕਰ ਲਓ ਉਹਦੇ ਕੋਲ ਜਾ ਕੇ ਗਾਣਾ। ਤੇ ਫਿਰ ਉਹਨਾਂ ਨੇ ਗੱਲ ਕਰਾਈ ਸੀ ਲਾਡੀ ਵੀਰੇ ਨਾਲ, ਪਹਿਲੇ ਦਿਨ ਅਸੀਂ ਗਏ, ਉਦੋਂ ਸਾਹਬ ਨਹੀਂ ਕੀਤਾ ਸੀ ਰਿਕਾਰਡ, ਉਦੋਂ ਹੋਰ 2-3 ਗਾਣੇ ਕੀਤੇ ਸੀ। ਤੇ ਫਿਰ ਜਦੋਂ ਵੋਇਸ ਆਫ ਪੰਜਾਬ ਚੋਂ ਮੈਂ ਬਾਹਰ ਆਇਆ ਤੇ ਉਦੋਂ ਫਿਰ ਲਾਡੀ ਵੀਰੇ ਨੇ ਕਿਹਾ ਵੀ ਆਪਾਂ ਹੁਣ ਹੋਰ ਵੱਡਾ ਗਾਣਾ ਕੋਈ ਪਲਾਨ ਕਰੀਏ ਕਿ ਆਪਣੀ ਇੰਨੀ ਕੁ ਤਾਂ ਆਡੀਅੰਸ ਬਣ ਚੁੱਕੀ ਆ ਕਿ ਆਪਣਾ ਗਾਣਾ ਖਰਾਬ ਨਹੀਂ ਜਾਊਗਾ ਤੇ ਆਪਾਂ ਥੋੜੀ ਹੋਰ ਮਿਹਨਤ ਕਰ ਲਈਏ। ਫਿਰ ਅਸੀਂ ਸਾਹਬ ਗਾਣਾ ਕੀਤਾ ਜੀ, ਉਦੋਂ ਪਹਿਲਾਂ ਅਸੀਂ ਉਹ ਆਏ ਨਹੀਂ ਅਜੇ, ਮਤਲਬ ਆਉਣੇ ਵੀ। ਉਸ ਤੋਂ ਬਾਅਦ ਫਿਰ ਜਿਹੜੇ ਗੀਤਾਂ ਤੇ ਕੰਮ ਕੀਤਾ ਆ, ਪ੍ਰੈਸ਼ਰ ਵੱਧ ਗਿਆ ਸੀਗਾ ਸਾਵਧਾਨੀ ਤੋਂ ਬਾਅਦ, ਕਿਉਂਕਿ ਐਕਸਪੈਕਟ ਕੀਤਾ ਸੀਗਾ ਕਿ ਸਾਵਧਾਨਾ ਓਬਵੀਅਸਲੀ ਲੀਕ ਹੋ ਗਿਆ ਸੀਗਾ, ਪਰ ਜਦ ਲੀਕ ਵੀ ਹੋਇਆ ਐਕਸਪੈਕਟ ਕੀਤਾ ਸੀਗਾ ਕਿ ਇੰਨਾ ਚੱਲੂਗਾ ਤੇ ਇੰਨਾ, ਕਿਉਂਕਿ ਅੱਜ ਤੱਕ ਵੀ ਆਪਾਂ ਗੀਤ ਲਾਉਂਦੇ ਆ ਤਾਂ ਫਰੈਸ਼ ਸਾਊਂਡ ਕਰਦਾ ਹੈ। ਐਕਸਪੈਕਟ ਤਾਂ ਚਲੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿੰਨਾ ਕੁ ਹਿਸਾਬ ਜਿਹਦਾ ਕੀਤਾ ਸੀ ਬਾਹਲਾ ਜਿੰਨਾ ਹੋਇਆ ਇੰਨਾ ਨਹੀਂ ਕੀਤਾ ਸੀ ਅਸੀਂ, ਵੀ ਉਦੋਂ ਇਹ ਹਿਸਾਬ ਹੋਇਆ ਸੀ ਵੀ ਜਦੋਂ ਮੰਨ ਲਓ ਮੇਰਾ ਗਾਣਾ ਲੀਕ ਹੋ ਗਿਆ ਹਨਾ ਰਾਤ ਨੂੰ, ਤੇ ਮੇਰੇ ਜਿਹੜੇ ਜਿੰਨੇ ਵੀ ਸੋਸ਼ਲ ਮੀਡੀਆ ਸੀਗੇ, ਇੰਸਟਾ, ਫੇਸਬੁੱਕ, ਉਦੋਂ ਕਿਹੜੀ ਟੀਮ ਹੁੰਦੀ ਸੀ ਨਾ, ਮੈਂ ਇਕੱਲਾ ਹੀ ਹੁੰਦਾ ਸੀ, ਵੀਰ ਭਰਾ ਉਦਾਂ ਨਾਲ ਹੁੰਦੇ ਸੀ, ਪਰ ਮੇਰਾ ਜਿਹੜਾ ਫੋਨ ਨੰਬਰ ਸੀ ਉਹ ਮੇਰਾ ਆਪਦਾ ਵਾਲਾ ਹੀ ਪਿਆ ਸੀਗਾ ਉਹਦੇ ਤੇ। ਤੇ ਮੈਨੂੰ ਮਤਲਬ ਰਾਤ ਦੇ 2 ਵਜੇ ਵੀ ਫੋਨ ਆ ਰਹੇ ਨੇ ਵੀ ਯਾਰ ਬਾਈ ਤੇਰਾ ਗਾਣਾ, 2-3 ਵਜੇ 4 ਵਜੇ ਮੈਂ ਜਾਗ ਰਿਹਾ ਵਾਂ, ਲੋਕੀ ਵੀਡੀਓ ਬਣਾ ਬਣਾ ਕੇ ਭੇਜ ਰਹੇ ਨੇ, ਸਾਰੀ ਰਾਤ ਨਹੀਂ ਸੁੱਤਾ ਮੈਂ, ਉਹ ਭੇਜੀ ਜਾਂਦੇ ਵੀਡੀਓ ਮੈਂ ਆਪਣੇ ਫੇਸਬੁੱਕ ਇੰਸਟਾ ਤੇ ਅਪਲੋਡ ਕਰੀ ਜਾਂਦਾ ਵਾਂ, 3-4 ਵਜੇ ਵੀ ਫੋਨ ਆ ਰਹੇ ਨੇ ਲੋਕਾਂ ਦੇ, ਮੈਨੂੰ ਖੁਸ਼ੀ ਬਹੁਤ ਸੀ ਮੈਨੂੰ। ਬਾਅਦ ਕੋਈ ਉਹ ਨਾ ਮੈਨੂੰ ਉਹ ਨਹੀਂ ਫੀਲ ਹੋਇਆ ਵੀ ਯਾਰ ਸਾਡਾ ਗਾਣਾ ਲੀਕ ਹੋ ਗਿਆ, ਹੋ ਗਿਆ ਕੋਈ ਨਹੀਂ, ਵਧੀਆ ਹੀ ਹੋਇਆ ਜੋ ਹੋਇਆ। ਮੈਨੂੰ ਪਰਸਨਲੀ ਬੜਾ ਵਧੀਆ ਲੱਗਦਾ ਸਰ, ਆਈ ਸੀ ਲਾਈਕ ਯੂ ਨੋ ਆਪਣਾ ਪੰਜਾਬ ਦੇ ਯੰਗ ਟੈਲੈਂਟ ਇੰਨਾ ਵਧੀਆ ਕਰ ਰਹੇ ਨੇ, ਐਂਡ ਇਟਸ ਸੋ ਨਾਈਸ ਟੂ ਸੀ ਕਿ ਯੂ ਨੋ ਆਹ ਜਿਹੜਾ ਮੂਮੈਂਟ ਹੁੰਦਾ ਨਾ ਜਦ ਤੁਹਾਡਾ ਗੀਤ ਹਿੱਟ ਹੁੰਦਾ ਆ, ਐਂਡ ਲਾਈਕ ਜਦੋਂ ਉਹ ਰਾਤ ਜਾਂ ਉਹ ਦਿਨ ਹੁੰਦਾ ਹੈ, ਇਟਸ ਪ੍ਰੋਬਬਲੀ ਬਹੁਤ ਬਹੁਤ ਨੀਂਦ ਨਹੀਂ ਆਉਂਦੀ, ਚਾਹ ਜੀ ਨਹੀਂ ਨੀਂਦ ਆਉਂਦੀ ਸੀ। ਯਾ
special, it's something that you're gonna remember all life, है ना? वो जिहड़ियां अपनियां पायरेसी वालियां भी साइट्स हुंदियां ने ना, मैं उन्हां दे भी वो गिणे ने, डाउनलोड्स गिणे ने मैं उन्हां दे विच, ते इन्ने हो गए, चल गया भाई बन गया ओदे गाने दे, ते इन्ने अपने ज्यादा हो गया, गल्लां करनियां रात नूं बह के। हिम्मत, बहुत टाइम हो गया साथ गाने आए नूं, पर एल्बम थोड़ा टाइम बाद क्यों, एल्बम पहले साल दे विच क्यों ही नहीं कीती, वेट क्यों ही नहीं पाई एल्बम करन तों पहलां? ਐਲਬਮ ਦਾ ਇਹ ਸਿਸਟਮ ਆ ਵੀ ਅਸੀਂ ਜਿਵੇਂ ਮੈਂ ਟੀਜ਼ਰ ਵੀ ਕੀਤਾ ਸੀ ਆਪਣਾ ਤੇ ਉਹ 'ਚ ਵੀ ਮੈਂ ਲਿਖਿਆ ਸੀ ਇਹ ਮੇਰੀ ਰੀਚ ਸੀਗੀ ਐਲਬਮ ਸ਼ੁਰੂ ਤੋਂ ਹੀ, ਪਰ ਜਿਹੜੇ ਟਾਈਮ ਤੋਂ ਮੇਰੇ ਅੰਦਰ ਇਹ ਰੀਚ ਆਈ ਸੀ ਉਹ ਟਾਈਮ 'ਚ ਟੇਪਾਂ ਚੱਲਦੀਆਂ ਹੁੰਦੀਆਂ ਸੀ, ਉਦੋਂ ਇੰਨਾ ਰੌਲਾ ਰੱਪਾ ਨਹੀਂ ਹੁੰਦਾ ਸੀ, ਪਰ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਆ ਗਏ ਉਦੋਂ ਗਾ ਹੀ ਬਹੁਤ ਪੈ ਗਿਆ, ਤੇ ਫਿਰ ਥੋੜ੍ਹਾ ਦਿਮਾਗ ਸੋਚਦਾ ਵੀ ਕੀ ਕਰੀਏ ਕੀ ਕਰੀਏ, ਹੈ ਨਾ, ਗਾਣੇ ਕਰੀ ਗਏ, ਕਿਸੇ ਕੰਪਨੀ ਨਾਲ ਅਗਰੀਮੈਂਟ ਹੋ ਗਿਆ, ਉਹਨਾਂ ਨੇ ਗਾਣੇ ਗਾਣੇ ਕੀਤੇ, ਇਹ ਨਹੀਂ ਆ ਕਿ ਅਸੀਂ ਹੁਣ ਹੀ ਸੋਚਿਆ ਐਲਬਮ ਫਿਤੇ ਹੁਣ ਹੀ ਕੀਤੀ ਆ, ਲਾਸਟ ਈਅਰ ਵੀ ਅਸੀਂ ਸੋਚਿਆ ਸੀ ਪੂਰੀ ਬਣਾ ਲਈ ਸੀ ਗਾਣੇ, ਅਸੀਂ ਪੂਰੇ ਬਣਾ ਕੇ ਰੱਖੇ ਸੀ, ਸਾਡੇ ਮਤਲਬ ਕਿੰਨੇ ਇਹੋ ਜਿਹੇ ਗਾਣੇ ਹੋਣੇ ਜਿਹੜੇ ਹਜੇ ਤੱਕ ਆਏ ਨਹੀਂ ਆ, ਅਸੀਂ ਪਲਾਨ ਕਰ ਕਰਕੇ ਉਦਾਂ ਹੀ ਰੱਖਤੇ, ਡੱਬਾ ਬੰਦ ਹੀ ਹੋ ਗਿਆ ਨਾ, ਤੇ ਉਹ ਐਲਬਮ ਅਸੀਂ ਪਿਛਲੇ ਸਾਲ ਵੀ ਸੋਚੀ ਸੀ, ਤੇ ਇੱਕ ਇਹ ਹੁੰਦਾ ਵੀ ਹੁਣ ਏਡੀ ਵੱਡੀ 8-10 ਗੀਤਾਂ ਦੀ ਚੀਜ਼ ਆ ਕਿਤੇ ਸਿਰੇ ਤੇ ਜਾ ਕੇ ਕਰਾਂਗੇ। ਗੱਲ ਕੀਤੀ ਤੁਸੀਂ, ਬੜਾ ਇੰਟਰਸਟਿੰਗ ਜਿਹਾ ਵਰਡ ਯੂਜ਼ ਕੀਤਾ ਤੁਸੀਂ, ਗਾਹ ਪੈ ਗਿਆ ਇੰਡਸਟਰੀ ਦੇ ਵਿੱਚ ਜਦੋਂ ਅਸੀਂ ਆਏ ਆ, ਗਾਹ ਪੈ ਗਿਆ, ਸੋ ਕਿੰਨਾ ਔਖਾ ਹੋ ਗਿਆ ਗੀਤ ਨੂੰ ਰਿਲੀਜ਼ ਕਰਨਾ, ਕਿਉਂਕਿ ਕਈ ਸੀਨੀਅਰ ਆਰਟਿਸਟਾਂ ਦੇ ਨਾਲ ਵੀ ਮੈਂ ਗੱਲ ਕੀਤੀ ਹੈ ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਗੀਤਾਂ ਦੀ ਜਿਹੜੀ ਉਮਰ ਆ ਬਸ ਹਫ਼ਤਾ ਤੋਂ ਹਫ਼ਤੇ ਬਣ ਗਈ ਹੈ। ਪਤਾ ਕੀ ਚੱਕਰ, ਗੀਤਾਂ ਦੀ ਉਮਰ ਆਪਾਂ ਇਹ ਤਾਂ ਕਹਿੰਦੇ ਹਾਂ ਕਿਉਂਕਿ ਇਹ ਸਾਰਾ ਕੁਛ ਸੁਣਨ ਵਾਲੀ ਆਡੀਅੰਸ ਤੇ ਡਿਪੈਂਡ ਕਰਦਾ, ਹਨਾ, ਉਹਨਾਂ ਕੋਲ ਆਪਸ਼ਨਸ ਹੀ ਇੰਨੇ ਨੇ, ਇੱਕ ਦਿਨ 'ਚ ਇੰਨੇ ਗਾਣੇ ਰਿਲੀਜ਼ ਹੋ ਰਹੇ ਆ, ਹਨਾ, ਤੇ ਉਹ ਵੀ ਕੀ ਕਰਨਾ, ਆਪਾਂ ਉਹਨਾਂ ਨੂੰ ਕਸੂਰਵਾਰ ਨਹੀਂ ਇਹ 'ਚ ਠਹਿਰਾ ਸਕਦੇ, ਹਨਾ, ਹੁਣ ਨਾ ਜਿਹੜੇ ਗਾਣੇ ਕਰ ਰਹੇ ਉਹ ਵੀ ਨਹੀਂ ਮਾੜੇ, ਹਨਾ, ਹਰ ਬੰਦੇ ਦਾ ਆਪਦਾ ਕੰਮ ਆ, ਮਿਹਨਤ ਕਰਦਾ ਅਗਲਾ ਰਿਲੀਜ਼ ਕਰਦਾ, ਪੈਸੇ ਲੱਗਦੇ ਆ, ਸੁਣਨ ਵਾਲੇ ਕੋਲ ਆਪਸ਼ਨਸ ਬਹੁਤ ਹੋ ਗਏ, ਤਾਂ ਕਰਕੇ, ਹਨਾ, ਅੱਜ ਇੱਕ ਗਾਣਾ ਆਇਆ ਉਹਨਾਂ ਨੇ ਚੰਗਾ ਲੱਗਾ ਸੁਣ ਲਿਆ, ਕੱਲ 4 ਹੋਰ ਆ ਰਹੇ ਨੇ ਜੀ, ਹਾਂ, ਹੁਣ ਜਿਹੜਾ ਗਾਣਾ ਮਤਲਬ ਚੀਜ਼ ਸਿਰੇ ਵਾਲੀ ਹੋਊਗੀ 2 ਮਹੀਨੇ 4 ਮਹੀਨੇ ਉਹ ਚੱਲੂਗੀ। ਹਾਂ, ਸੋ ਇਨ ਟਰਮਸ ਆਫ ਤੁਹਾਡੇ ਵੱਲੋਂ ਜਿੱਦਾਂ ਐਜ਼ ਅ ਆਰਟਿਸਟ ਪਰਸਪੈਕਟਿਵ, ਕਿੰਨਾ ਔਖਾ ਹੈ ਹੁਣ ਗਾਣਾ ਰਿਲੀਜ਼ ਕਰਨਾ ਜਾਂ ਸੌਖਾ ਹੋ ਗਿਆ ਹੈ ਗੀਤ ਰਿਲੀਜ਼ ਕਰਨਾ, ਯੂ ਨੋ, ਹੁਣ ਜਿੱਦਾਂ ਕਿ ਅਸੀਂ ਤੇ ਆਪਦੇ ਲੇਬਲ ਤੇ ਕੀਤੀ, ਆਪਦੇ ਚੈਨਲ ਤੇ ਕੀਤੀ, ਸਾਨੂੰ ਹੁਣ ਕੋਈ ਵੀ ਕੁਛ ਔਖਾ ਨਹੀਂ ਲੱਗਦਾ, ਪਹਿਲਾਂ ਸੀਗਾ ਕੰਪਨੀਆਂ ਨੂੰ ਗਾਣਾ ਭੇਜਤਾ, ਫੋਨ ਕਰਨਾ ਕਿਦੋਂ ਕਰਾਂਗੇ ਕਿੱਦਾਂ ਕੀ ਬਣੂਗਾ, ਹੁਣ ਸਾਡਾ ਚੈਨਲ ਵਧੀਆ ਬਿਲਟ ਹੋ ਗਿਆ, ਖੜਾ ਹੋ ਗਿਆ ਵਧੀਆ, ਹਨਾ, ਉਹ ਸਾਨੂੰ ਕੋਈ ਚੱਕਰ ਨਹੀਂ ਲੱਗਦਾ, ਸਾਨੂੰ ਜੇ ਕੋਈ ਫੋਨ ਆਉਂਦਾ ਅਸੀਂ ਖੁੱਲੇ ਪੈਸੇ ਮੰਗੀਦੇ ਜਾਂਦੇ, ਜੇ ਕਿਸੇ ਦਾ ਬਣਦਾ ਠੀਕ ਆ, ਨਹੀਂ ਤੇ ਕੋਈ ਚੱਕਰ ਨਹੀਂ, ਸਾਡਾ ਚੈਨਲ ਹੈਗਾ ਹੀ, ਅਸੀਂ ਤੇ ਕਰ ਹੀ ਦੇਣਾ। ਤੇ ਹੁਣ ਗੀਤ ਆਪਣੇ ਪੰਜਾਬੀ ਗੀਤ ਜਿਹੜੇ ਨੇ ਮੇਨ ਸਟ੍ਰੀਮ ਚਾਰਟਸ ਦੇ ਵਿੱਚ ਵੀ ਜਾ ਰਹੇ ਨੇ, ਯੂ ਨੋ, ਬਿਲਕੁਲ ਬੜੀ ਸੋਹਣੀ ਗੱਲ, ਯਾ, which is a very big thing, ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ 10 ਸਾਲਾਂ ਪਹਿਲਾਂ ਇੱਕ ਹੀ ਗੀਤ ਗਿਆ ਸੀਗਾ which was PMC ਦਾ ਗਾਣਾ ਜਿਹੜੇ ਪਹਿਲਾਂ ਹੁੰਦਾ ਸੀ ਆਪਣੇ ਪੰਜਾਬੀ ਗਾਣੇ ਸਿਰਫ ਪੰਜਾਬੀਆਂ ਤੱਕ ਹੀ ਸੀਮਿਤ ਸੀਗੇ, ਹਨਾ, ਹੁਣ ਇਹ ਗੱਲ ਨਹੀਂ ਰਹਿ ਗਈ, ਹੁਣ ਨੌਨ ਪੰਜਾਬੀ ਲੋਕ ਵੀ ਭਾਵੇਂ ਉਹ ਹਿੰਦੂ ਹੋਣ, ਗੋਰੇ ਵੀ ਸੁਣ ਰਹੇ ਨੇ ਆਪਣੇ ਗਾਣੇ, ਤੇ ਬਹੁਤ ਵਧੀਆ, ਚੰਗੀ ਗੱਲ ਲੱਗਦੀ ਕਿ ਆਪਾਂ ਯਾਰ ਇੰਨਾ ਵਾਈਡ ਹੋ ਰਿਹਾ ਸਾਰਾ ਕੁਛ, ਚੰਗੀ ਗੱਲ ਆ, ਕਿਤੇ ਨਾ ਕਿਤੇ ਉਸ ਚੀਜ਼ ਦਾ ਸਾਨੂੰ ਵੀ ਫਾਇਦਾ ਹੋਊ, ਭਾਵੇਂ ਉਹ ਕਿਸੇ ਕਰਕੇ ਹੋ ਰਿਹਾ ਹੋਵੇ, ਆਪਾਂ ਵੀ ਪੰਜਾਬੀ ਆ, ਸਾਡੇ ਵੀ ਗਾਣੇ ਆਉਣੇ ਆ, ਕਿਤੇ ਨਾ ਕਿਤੇ ਉਸ ਚੀਜ਼ ਦਾ ਸਾਨੂੰ ਵੀ ਫਾਇਦਾ ਹੋਊਗਾ, ਚੰਗੀ ਗੱਲ ਆ, ਇਹ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਆ। ਵੈਰੀ ਵੈਰੀ ਨਾਈਸ ਹਿਮਤ, ਹੁਣ ਗੱਲ ਕਰਦੇ ਆ ਜਸਟ ਅਬਾਊਟ ਯੂ, ਤੇ ਤੁਸੀਂ ਕੀ ਕਰਨਾ ਪਸੰਦ ਕਰਦੇ, 뮤직 ਤੋਂ ਇਲਾਵਾ ਤੁਸੀਂ ਕੀ ਕੁਝ ਕਰ ਲੈਂਦੇ ਆ, ਲਾਈਕ ਯੂ نو ਖਾਣਾ ਬਣਾਉਣਾ ਆਉਂਦਾ ਹਿਮਤ ਤੁਹਾਨੂੰ ਜਾਂ? ਮੈਂ ਥੋੜਾ ਜਿਹਾ ਨਾ ਇਹਨਾਂ ਕੰਮਾਂ ਨੂੰ ਲੈ ਕੇ ਥੋੜਾ ਆਲਸੀ ਜਿਹਾ ਆ, ਮੈਂ ਬਣਾ ਲੈਂਦਾ ਆ, ਜਦੋਂ ਸਿਰ ਤੇ ਪੈ ਜੇ ਕਹਿੰਦੇ ਢੋਲ ਗਲ ਚ ਪਿਆ ਵਜਾਉਣੇ ਪੈਂਦਾ ਆ, ਤੇ ਕਈ ਵਾਰ ਐਵੇਂ ਹੁੰਦਾ ਆ ਸਾਡਾ ਕੁੱਕ ਜਿਹੜਾ ਹੈਗਾ ਨਹੀਂ ਆਇਆ, ਤੇ ਮੈਂ ਵੀ ਬਣਾ ਲੈਂਦਾ ਆ, ਕਈ ਵਾਰ ਆਪ ਨੂੰ ਚਾਹ ਹੁੰਦਾ ਵੀ ਤੂੰ ਸਬਜ਼ੀ ਬਣਾ ਮੈਂ ਰੋਟੀਆਂ ਬਣਾਉਣਾ, ਕਿਉਂਕਿ ਉਹ ਠੰਡੇ ਵੇਲੇ ਚ ਬਣਾਈਆਂ ਸੀਗੀਆਂ, ਅਸੀਂ ਆਪੇ ਬਣਾਈਆਂ ਰੋਟੀਆਂ ਬਣਾਈਆਂ, ਸਭ ਕੁਛ ਕੀਤਾ ਹੋਇਆ, ਸਭ ਕੁਛ ਕਰਕੇ ਦੇਖਿਆ, ਘਰ ਸਭ ਕੁਛ ਲਈਦਾ ਜੀ, ਤੇ ਬਾਕੀ ਕੰਮ ਮਿਊਜ਼ਿਕ ਹੀ ਕੁਛ ਨਹੀਂ ਕਰੀਦਾ। ਜਦ ਮਿਊਜ਼ਿਕ ਜਦੋਂ ਸਾਰਾ ਬਣ ਜਾਂਦਾ ਆ, ਯੂ ਨੋ, ਤੁਸੀਂ ਇੱਕ ਗੀਤ ਬਣਾ ਲਿਆ, ਹੁਣ ਥੋੜੀ ਬ੍ਰੇਕ ਟਾਈਮ ਹੋ ਗਈ ਆ ਵਿੱਚ,
ਸਟੂਡੀਓ ਟਾਈਮ ਤੋਂ ਬ੍ਰੇਕ ਜੀ ਮਿਲ ਜਾਂਦੀ ਹੁੰਦੀ ਆ, ਉਸ ਟਾਈਮ ਦੇ ਵਿੱਚ ਤੁਸੀਂ ਕੀ ਕਰਦੇ ਆ? ਮੈਂ ਸੌਂ ਜਾਂਦਾ ਨਾ, ਮੈਂ ਕੁਛ ਘੰਟਾ ਡੇਢ ਘੰਟਾ ਸੌਂਦਾ, ਕਿਉਂਕਿ ਸੌਂਦੇ ਬਹੁਤ ਘੱਟ ਆ ਅਸੀਂ ਜੀ। ਮਤਲਬ ਇਹ ਫੁਕਰੀ ਜੀ ਕਹਿ ਲੋ ਲੱਗੂਗੀ ਸ਼ਾਇਦ, ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਕੁਛ ਨਾ ਕੁਛ ਕਰਦੇ ਰਵਾਂ। ਜੇ ਫੋਨ ਵੀ ਫੜਿਆ ਤੇ ਉਹ ਚੀਜ਼ ਓਨੇ ਟਾਈਮ ਚੋਂ ਮੈਨੂੰ ਕੁਛ ਫਾਇਦਾ ਜ਼ਰੂਰ ਹੋਵੇ, ਤੇ ਜੇ ਮੈਂ ਕਿਤੇ ਗਿਆ ਵੀ ਮੈਂ ਕੰਮ ਨੂੰ ਲੱਭਦਾ ਰਹਿਣਾ ਵਾ, ਮੇਰੀ ਇਹ ਚੰਗੀ ਆਦਤ ਆ। That's very nice. ਕਈ ਵਾਰੀ ਮੈਂ ਰਾਤ ਨੂੰ ਫੋਨ ਤੇ ਕੁਛ ਵੇਖਣ ਲੱਗ ਗਿਆ, ਮੈਨੂੰ ਲੱਗਦਾ ਵੀ ਇਹ ਚੋਂ ਮੈਂ ਕੁਛ ਖੱਟੂਗਾ, ਭਾਵੇਂ 4-5 ਵੱਜਣ ਜਿੰਨੇ ਟਾਈਮ ਮਰਜ਼ੀ ਹੋ ਜਾਵੇ, ਫਿਰ ਮੈਨੂੰ ਹੁੰਦਾ ਵੀ ਹੁਣ ਵੇਖ ਹੀ ਲਈਏ, ਕੁਛ ਸੌਣ ਦਾ ਕੀ ਆ, ਦਿਨੇ ਕੁਛ ਨੀ ਘੰਟਾ ਕੱਢ ਕੇ ਸੌਂ ਲਾਂਗੇ। ਕਈ ਗੀਤ ਓਨੇ ਨਹੀਂ ਜਾਂਦੇ ਵਧੀਆ ਜਿਸ ਤਰੀਕੇ ਦੇ ਨਾਲ ਸੋਚੇ ਹੁੰਦੇ ਨੇ, ਯੂ ਨੋ ਓਨੇ ਤਰੀਕੇ ਦੇ ਨਾਲ ਜਾਂ ਓਨਾ ਟਾਈਮ ਨਹੀਂ ਚੱਲਦੇ ਨੀ, ਇੱਕ ਦਿਨ ਚੱਲ ਜਾਂਦਾ ਆ ਫਿਰ ਦੂਜੇ ਦਿਨ ਲੋਕਾਂ ਨੂੰ ਭੁੱਲ ਜਾਂਦਾ ਆ। ਹਰੇਕ ਆਰਟਿਸਟ ਦੇ ਨਾਲ ਹੁੰਦਾ, ਜੇ ਹਿੱਟ ਗਾਣਾ ਆਉਂਦਾ ਤਾਂ ਫਲੋਪ ਗਾਣਾ ਨਹੀਂ ਕਹਿ ਸਕਦੇ, ਪਰ ਘੱਟ ਚੱਲਦਾ ਜਿਹੜਾ ਗਾਣਾ ਉਹ ਵੀ ਆਉਂਦਾ ਆ। ਇਨ ਟਰਮਸ ਆਫ ਯੂ ਨੋ ਉਸ ਤੋਂ ਬਾਅਦ ਹੌਸਲਾ ਮਿਲਣਾ, ਉਹ ਕਿੱਥੋਂ ਮਿਲਦਾ ਆ ਹੌਸਲਾ ਤੁਹਾਡੇ ਵਿੱਚ, ਕਿੱਥੋਂ ਹੌਸਲਾ ਆਉਂਦਾ ਹੈ ਕਿ ਯਾਰ ਕੋਈ ਨਾ ਇੱਕ ਗਾਣਾ ਨਹੀਂ ਵਧੀਆ ਗਿਆ ਆਪਾਂ ਹੋਰ ਕਰਦੇ ਹਾਂ? ਵੇਖੋ ਇਹ ਦੋ ਚੀਜ਼ਾਂ ਸੱਚ ਨੇ, ਜੇ ਪੋਜ਼ਿਟਿਵਿਟੀ ਹੈਗੀ ਆ ਤੇ ਨੈਗੇਟਿਵਿਟੀ ਵੀ ਹੈਗੀ ਆ, ਸੱਚ ਹੈਗਾ ਝੂਠ ਹੈਗਾ, ਰੱਬ ਹੈਗਾ ਸ਼ੈਤਾਨ ਵੀ ਹੈਗਾ। ਤੇ ਜਿਹੜੀ ਚੀਜ਼, ਜੇ ਕੋਈ ਚੀਜ਼ ਚੱਲ ਰਹੀ ਆ ਤੇ ਕਿਸੇ ਚੀਜ਼ ਨੇ ਫਲੋਪ ਵੀ ਹੋਣਾ ਆ, ਆਪਾਂ ਇਹ ਨੀ ਕਹਿ ਸਕਦੇ ਕਿ ਮੈਂ ਸਿਰਾ 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 ਸਿਰਾ। ਚੀਜ਼ਾਂ ਮਾੜੀਆਂ ਵੀ ਜਾਂਦੀਆਂ ਨੇ, ਇਹ ਤਾਂ ਆਪਣਾ ਕੰਮ ਹੀ ਹੈ। ਜੇ ਕੋਈ ਬਿਜ਼ਨਸਮੈਨ ਵੀ ਆ ਉਹਨੂੰ ਜੇ ਫਾਇਦੇ ਹੋ ਰਹੇ ਨੇ ਤੇ ਕਿਤੇ ਉਹ ਘਾਟਾ ਵੀ ਆ। ਹੁਣ ਜੇ ਇੱਕ ਘਾਟੇ ਕਰਕੇ ਉਹ ਬੰਦਾ ਢੇਰੀ ਢਾਲਵੇ ਕਿ ਨਹੀਂ ਯਾਰ ਮੇਰਾ ਨੁਕਸਾਨ ਹੀ ਬੜਾ ਹੋ ਗਿਆ, ਫਿਰ ਉਹਦਾ ਸਾਰਾ ਕੁਝ ਖਰਾਬ ਆ, ਇਹ ਤਾਂ ਸੰਭਾਲ ਲਈਦਾ, ਇਹਦੀ ਕੋਈ ਚੱਕਰ ਨਹੀਂ ਹੈਗਾ। That's very nice. ਕਿ ਕੰਮ ਜਦੋਂ ਬੰਦਾ ਕੰਮ ਕਰਦੇ ਰਹਿੰਦਾ ਫਿਰ ਇਹ ਹੁੰਦਾ ਵੀ ਆ ਚਾਰ ਚੀਜ਼ਾਂ ਹੋਰ ਪਈਆਂ, ਇਹ ਚ ਕੀ ਹੋ ਗਿਆ? ਯਾ ਹਾਂ, ਥੋੜਾ ਬਹੁਤ ਘੱਟ 2-4 ਲੱਖ ਜੇ ਆਪਦੇ ਚੈਨਲ ਤੇ ਕੀਤਾ, ਘਾਟਾ ਪੈ ਗਿਆ 5-7 ਲੱਖ ਦਾ। ਕੋਈ ਅਗਲੀ ਚੀਜ਼ ਇੰਨੀ ਹੁੰਦੀ, ਇੱਕ ਉਮੀਦ ਹੁੰਦੀ ਆ ਇੰਨੀ, ਅਗਲੀ ਇੰਨੀ ਚੱਲ ਗਈ ਉਹਨੇ ਸਾਰੇ ਘਾਟੇ ਪੂਰੇ ਕਰਤੇ। ਹਾਂ ਨਹੀਂ, ਇਹ ਗੱਲ ਤਾਂ ਸਹੀ ਆ। ਹੁਣ ਇਨ ਟਰਮਸ ਆਫ ਲਾਈਕ ਇੰਡਸਟਰੀ ਤੋਂ ਕਿੰਨਾ ਕੁ ਸਪੋਰਟ ਮਿਲਦਾ ਆ, ਯੂ ਨੋ ਜਿਹੜੇ ਨਵੇਂ ਆਰਟਿਸਟ ਨੇ ਜੋ ਕੋਲੈਬੋਰੇਸ਼ਨਸ ਕਰਨੀਆਂ ਹੁੰਦੀਆਂ ਨੇ, ਕਿੰਨਾ ਕੁ ਸਪੋਰਟ ਮਿਲ ਜਾਂਦਾ ਆ ਜਾਂ ਫਿਰ ਥੋੜਾ ਔਖਾ ਹੁੰਦਾ ਆ ਬਾਕੀ ਆਰਟਿਸਟਾਂ ਦੇ ਨਾਲ ਕੰਮ ਕਰਨਾ? ਵੇਖੋ ਮੈਂ ਸੱਚੀ ਦੱਸਦਾ ਤੁਹਾਨੂੰ, ਮੈਂ ਬਾਲਾ ਮਿਲਿਆ ਨਹੀਂ ਆ ਬਾਲੇ ਜ਼ਿਆਦਿਆਂ ਨੂੰ, ਕਿਉਂਕਿ ਮੇਰੀ ਥਿੰਕਿੰਗ ਇਹ ਆ ਵੀ ਬਥੇਰੇ ਜਾਣੇ ਮੈਨੂੰ ਚੰਗੇ ਹੀ ਲੱਗਦੇ ਆ ਸਾਰੇ, ਹਨਾ। ਤੇ ਮੈਨੂੰ ਇਹ ਹੁੰਦਾ ਵੀ ਜੇ ਮੈਂ ਇਹਨੂੰ ਕਿਤੇ ਮਿਲ ਲਿਆ, ਕਾਸ਼ ਅਗਲਾ ਚੰਗੇ ਮੂਡ 'ਚ ਨਾ ਹੋਵੇ ਕਿਤੇ ਉਹ ਮੇਰੇ ਮਿਲਣ ਵਾਲੇ ਟਾਈਮ ਦੇ ਵਿੱਚ ਹੀ, ਤੇ ਮੈਨੂੰ ਉਹ ਚੰਗਾ ਲੱਗਣੋਂ ਹਟ ਜੇ, ਤੇ ਇਹ ਤੋਂ ਚੰਗਾ ਮੈਂ ਥੋੜੀ ਦੂਰ ਦੂਰ ਹੀ ਰਹਾਂ। ਤੇ ਜਿੰਨਾ ਕੁ ਨੂੰ ਮੈਂ ਮਿਲਿਆ ਵਾਂ, ਮਿਲਿਆ ਵਰਤਿਆ, ਕੰਮ ਕੀਤਾ ਆ, ਉਹ ਸਾਰੇ ਵਧੀਆ ਨੇ। ਜੇ ਆਪਾਂ ਲਿਟੀ ਜਾਵਾਂਗੇ ਫਿਰ ਅਗਲਾ ਫਾਇਦਾ ਚੁੱਕਦਾ ਆ। ਇੱਕ ਇਹ ਆਪਣਾ ਕੰਮ ਆ, ਪੈਸ਼ਨ ਆ, ਬਿਜ਼ਨਸ ਵੀ ਆ, ਇਹ ਦਿਲ ਦੇ ਨਾਲ ਦਿਮਾਗ ਵੀ ਲੈ ਕੇ ਚੱਲੋ, ਸਾਰਾ ਕੁਛ ਬੈਲੈਂਸ ਕਰਕੇ ਰੱਖੋ ਤੇ ਕੁਛ ਨਹੀਂ ਖਰਾਬ ਹੁੰਦਾ। ਦਿਸ ਵੈਰੀ ਨਾਈਸ, ਬੜੀ ਚੰਗੇ ਤਰੀਕੇ ਦੇ ਨਾਲ ਤੁਸੀਂ ਬੜੀ ਪੋਜ਼ਿਟਿਵਲੀ ਗੱਲ ਕਹਿ ਦਿੰਦੇ ਆ, ਇਟਸ ਸੋ ਸਵੀਟ। ਤੇ ਵਧੀਆ ਆ, ਜੇ ਮੈਂ ਦਿਲੋਂ ਚੰਗਾ ਵੀ ਆ ਤੇ ਮੈਂ ਦਿਮਾਗ ਤੋਂ ਥੋੜਾ ਤੇਜ਼ ਵੀ ਹੋਣਾ ਚਾਹੀਦਾ ਆ ਕਿ ਮੇਰੇ ਦਿਲ ਵਾਲੀ ਗੱਲ ਤੇ ਕੋਈ ਆਪਦਾ ਦਿਮਾਗ ਨਾ ਲਾ ਜੇ। ਦਿਸ ਵੈਰੀ ਵੈਰੀ ਨਾਈਸ। ਹਿੰਮਤ, ਤੁਹਾਡੀ ਕੰਪੀਟੀਸ਼ਨ ਦੌਰਾਨ ਅਸੀਂ ਸੁਣਿਆ ਹੈ ਕਿ ਤੁਸੀਂ ਲੋਕ ਤੱਥ ਬੜੇ ਵਧੀਆ ਗਾ ਲੈਂਦੇ ਆ, ਬਹੁਤ ਜ਼ਿਆਦਾ ਫੋਕ ਮਿਊਜ਼ਿਕ ਸੁਣਦੇ ਆ, ਤੁਸੀਂ ਫੋਕ ਦੇ ਵੀ ਫੈਨ ਆ, ਖੁਦ ਤੁਸੀਂ ਕਿਹੜੇ ਆਰਟਿਸਟਾਂ ਨੂੰ ਹੁਣ ਸੁਣਦੇ ਆ ਜਾਂ ਕਿਹੜੇ ਆਰਟਿਸਟਾਂ ਦੇ ਤੁਸੀਂ ਫੈਨ ਹੋ? ਆਪਾਂ ਮੇਰਾ ਕੋਈ, ਮੈਂ ਉਦਾਂ ਗਾਉਣਾ ਜ਼ਿਆਦਾ ਬਿੰਦਰਖੇ ਸਾਹਿਬ ਦੇ ਗੀਤ ਗਾਉਣਾ ਹੁੰਦਾ, ਪਰ ਸੁਣੇ ਸੁਣੀਦਾ ਸਾਰਿਆਂ ਨੂੰ ਸੁਣੀਦਾ। ਪੁਰਾਣੇ ਗੀਤ ਤਾਂ ਵਧੀਆ ਹੀ ਹੁੰਦੇ ਆ, ਉਹ ਤਾਂ ਇੱਕ ਉਹ ਦਿੰਦੇ ਆ, ਸ਼ਾਂਤੀ ਜਿਹੀ ਆਉਂਦੀ ਆ ਮਨ ਨੂੰ ਸੁਣ ਕੇ, ਜਿਵੇਂ ਦਾ ਵੀ ਫੀਲ ਹੁੰਦਾ, ਪੁਰਾਣੇ ਗਾਣੇ ਉਵੇਂ ਦੇ ਮਿਲ ਜਾਂਦੇ ਆ, ਤੇ ਸਾਰਿਆਂ ਨੂੰ ਸੁਣੀਦਾ ਜੀ ਆਪਾਂ ਜੀ। ਕਈ ਵਾਰ ਇਹ ਹੁੰਦਾ ਕਵਾਲੀਆਂ ਸੁਣ ਲਈਦੀਆਂ, ਕੱਢ ਕੇ ਗਜ਼ਲਾਂ ਵੀ ਸੁਣ ਲਈਦੀਆਂ, ਭਾਵੇਂ ਉਹ ਯਾਦ ਨਾ ਰਹਿਣ, ਇੱਕ ਸਵਾਦ ਲੈਣ ਵਾਸਤੇ ਬੰਦਾ ਗੱਡੀ 'ਚ ਬੈਠਾ ਅੱਖਾਂ ਬੰਦ ਕਰਕੇ ਇਹੋ ਜਿਹੀਆਂ ਚੀਜ਼ਾਂ ਸੁਣਦਾ ਰਹਿੰਦਾ ਹੁੰਦਾ। That's definitely true. ਆਪ ਦੇ ਗੀਤਾਂ ਦੇ ਵਿੱਚੋਂ ਸੋ ਫਾਰ ਤੁਹਾਡਾ ਸਭ ਤੋਂ ਬੈਸਟ ਫੇਵਰੇਟ ਗੀਤ ਜਿਹੜਾ ਕਹਿ ਦਿੰਦੇ ਆ, ਸਭ ਤੋਂ ਛੱਡ ਕੇ ਸਭ ਤੋਂ ਫੇਵਰੇਟ ਗੀਤ ਕਿਹੜਾ ਰਿਹਾ ਆ? ਨਹੀਂ ਮੈਂ ਇਹ ਗੱਲ ਕਹਿੰਦਾ ਨਹੀਂ ਚੰਗਾ ਲੱਗਦਾ ਜੀ ਮੈਨੂੰ। ਹਾਂ ਇਹ ਜ਼ਰੂਰ ਕਹੂੰਗਾ, ਕੁਛ ਕੁ ਗੀਤ ਹੈਗੇ ਆ ਜਿਹੜੇ ਮੈਨੂੰ ਲੱਗਦਾ ਮੈਨੂੰ ਨਹੀਂ ਕਰਨੇ ਚਾਹੀਦੇ ਸੀ, ਉਹ ਥੋੜੇ ਠੀਕ ਠੀਕ ਸੀ, ਪਰ ਮੈਂ ਇਹ ਨਹੀਂ ਕਹੂੰਗਾ ਕਿ ਆਹ ਗਾਣਾ ਮੇਰਾ ਫੇਵਰੇਟ ਆ, ਕਿਉਂਕਿ ਵਧੀਆ ਹੈ ਸਾਰਾ। ਮਿਹਨਤ ਥੋੜੀ ਜ਼ਿਆਦਾ ਲੱਗਦੀ ਆ, ਭਾਵੇਂ ਮਿਹਨਤ ਮੇਰੀ ਐਲਬਮ ਤੇ ਆ ਜਿਹੜੀ ਹੁਣ ਐਲਬਮ ਕੀਤੀ ਹੈ ਨਾ ਅਸੀਂ, ਇਹ ਤਾਂ ਮੈਂ ਮੂੰਹ ਬੋਲ ਕੇ ਕਹਿਣਾ ਵੀ ਥੋੜੀ ਮਾਣ ਜੀ ਵਾਲੀ ਗੱਲ ਆ, ਅਸੀਂ ਸੱਚੀ ਸਾਰੀ ਟੀਮ ਨੇ ਬਹੁਤ ਜੁੱਤੀਆਂ ਕਸਾਈਆਂ ਇਸ ਚੀਜ਼ ਪਿੱਛੇ, ਸੱਚੀ ਬਹੁਤ ਮਿਹਨਤ ਕੀਤੀ ਅਸੀਂ। ਹੁਣ ਹੁਣ ਅਸੀਂ ਸਾਡੇ ਹਰ ਗਾਣੇ ਤੇ ਇੰਨੀ ਇੰਨੀ ਮਿਹਨਤ ਹੋਇਆ ਕਰੂਗੀ, ਸਾਡੀ ਉਹ ਵੱਧ ਗਈ ਆ। That's really nice. ਹੁਣ ਐਲਬਮ ਤੇ ਗੱਲ ਥੋੜੀ ਜ਼ਿਆਦਾ ਕਰਦੇ ਆ, ਕਿਉਂਕਿ ਆਈ ਵਾਂਟ ਯੂ ਟੂ ਟਾਕ ਅਬਾਊਟ ਦੀ ਐਲਬਮ, ਥੋੜਾ ਸਾਨੂੰ ਰਿਵੀਲ ਕਰਕੇ ਜਾਓ ਕਿ ਕੀ ਐਲਬਮ ਵਿੱਚ ਆ ਰਿਹਾ ਹੈ। ਇਹ ਐਲਬਮ ਤਾਂ ਕਾਫੀ ਸਾਰੀ ਆ ਗਈ ਆਪਣੇ ਚੈਨਲ ਤੇ ਪਈ ਹੈ। ਯਾ ਟੀਜ਼ਰ ਟੀਜ਼ਰ ਤੁਸੀਂ ਰਿਲੀਜ਼ ਕੀਤਾ ਸੀਗਾ, ਐਂਡ ਟੀਜ਼ਰ ਵਾਸ ਵੈਰੀ ਲਾਈਕ
ਸਾ ਹਿੰਟ ਜੇ ਦਿੱਤੇ ਸੀ ਟੀਜ਼ਰ ਦੇ ਵਿੱਚ, ਫਿਰ ਜਦ ਐਲਬਮ ਤੁਸੀਂ ਰਿਲੀਜ਼ ਕੀਤੀ ਹੈ ਗੀਤ ਬਾਈ ਗੀਤ, ਉਹਨਾਂ ਦੀ ਹੁਣ ਵੀਡੀਓਜ਼ ਵੀ ਆਉਣਗੀਆਂ, ਇੱਕ ਦੋ ਵੀਡੀਓਜ਼ ਆਉਣਗੀਆਂ ਜਾਂ ਫਿਰ ਕਿੱਦਾਂ ਕਰੋਗੇ ਨਹੀਂ, ਤੁਸੀਂ? ਇੱਕ ਵੀਡੀਓ ਜਿੱਦਾਂ ਆਪਾਂ ਕੀਤਾ ਹੋਇਆ ਐਲਬਮ ਦਾ, ਜਿਵੇਂ ਐਲਬਮ ਖੋਲੀ ਸੀ ਲਾਲਾ ਲੱਪਾ ਜਿਹੜਾ ਗਾਣਾ ਬਣਿਆ ਸੀ, ਉਹਦੀ ਵੀਡੀਓ ਕੀਤੀ ਆ ਅਸੀਂ, ਤੇ ਅੱਗੇ ਕਰਾਂਗੇ ਵੀਡੀਓ ਜਿਹੜੇ ਜਿਹੜੇ ਗਾਣੇ ਦੇ ਲੋਕ ਡਿਮਾਂਡ ਕਰਨਗੇ ਵੀਡੀਓ ਦੀ, ਵੀ ਜ਼ਿਆਦੀਆਂ ਨਹੀਂ ਮੈਂ ਕਹਿੰਦਾ ਵੀ ਸਾਰੀਆਂ ਕਰਨਗੀਆਂ, ਹੁਣ ਪੈਸਾ ਵੀ ਲੱਗਦਾ ਇੰਨੀਆਂ ਵੀਡੀਓ ਕਿੱਥੋਂ ਕਰ ਲੂੰਗਾ ਨਾ। ਜੀ ਜੀ ਹੋਰ ਵੀ ਤੇ ਗਾਣੇ ਕਿਉਂਕਿ ਬੜਾ ਕੁਝ ਸੋਚੀ ਬੈਠੇ ਹੁੰਦੇ ਹਾਂ, ਹੁਣ ਜੇ ਐਲਬਮ ਦੀਆਂ ਵੀਡੀਓ ਕਰੀ ਜਾਵਾਂਗੇ ਤੇ ਸਾਲ ਲੰਘ ਜਾਣਾ, 10 ਗਾਣੇ 10 ਮਹੀਨੇ ਲਾ ਲਓ ਹਨਾ, ਤੇ ਦੋ ਕੁ ਵੀਡੀਓ ਹੋਰ ਕਰਾਂਗੇ ਹੋਪਫੁਲੀ। ਐਲਬਮ ਤੇ ਹਰ ਇੱਕ ਗੀਤ ਨੂੰ ਜੋੜਨਾ, ਐਲਬਮ ਦੇ ਵਿੱਚ ਗੀਤ ਵਾਈਜ਼ਲੀ ਪਾਉਣੇ ਜਾਂ ਵਾਈਜ਼ਲੀ ਸਿਲੈਕਟ ਕਰਨੇ ਕਿੰਨਾ ਖਾਸ ਸੀ ਐਲਬਮ ਤੇ ਜਿੰਨਾ ਕੰਮ ਕਰਨਾ, ਜਾਂ ਫਿਰ ਯੂ ਨੋ ਕਿਉਂਕਿ ਐਲਬਮ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਆ, ਇਟ ਟੇਕਸ ਅ ਲੋਟ ਆਫ ਐਫਰਟ, ਇੱਕ ਸਿੰਗਲ ਕੱਢਣਾ ਹੁੰਦਾ ਥੋੜਾ ਘੱਟ ਟਾਈਮ ਲੱਗਦਾ ਆ, ਜੀ ਸੋ ਇਨ ਟਰਮਸ ਆਫ ਦੀ ਐਲਬਮ ਕਿੰਨਾ ਟਾਈਮ ਲੱਗ ਗਿਆ ਯੂ ਨੋ ਐਲਬਮ ਰੈਡੀ ਕਰਦੇ ਆ ਐਂਡ ਉਹ ਸਿਲੈਕਸ਼ਨ ਕਰਨੀ ਗੀਤਾਂ ਦੀ? ਮੈਨੂੰ ਲੱਗਦਾ ਸਾਨੂੰ ਪਿਛਲੇ 6 ਮਹੀਨੇ ਤੋਂ ਅਸੀਂ ਇਹ ਕਰਦੇ ਆ, ਚਲੋ ਲੋਕਡਾਊਨ ਕਰਕੇ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਵਿੱਚ ਬ੍ਰੇਕ ਮਿਲ ਗਈ, ਅਸੀਂ ਵਧੀਆ ਤਰੀਕੇ ਨਾਲ ਕੰਮ ਕਰ ਲਿਆ, ਟਾਈਮ ਇਸ ਇਦਾਂ ਜ਼ਿਆਦਾ ਲੱਗਿਆ ਕਿਉਂਕਿ ਜਿਹੜੇ ਅਸੀਂ ਗਾਣੇ ਬਣਾਏ ਸੀ ਅਸੀਂ ਇਹ ਸੋਚ ਕੇ ਨਹੀਂ ਸੀ ਬਣਾਏ ਕਿ ਆਹ ਆਹ ਵਾਲੇ ਐਲਬਮ ਚ ਪਾਉਣੇ ਆ, ਹੁਣ ਅਸੀਂ ਤਾਂ ਆਪਦੇ ਵੱਲੋਂ ਮੈਨੂੰ ਲੱਗਦਾ ਮੈਂ ਡਾਇਰੀ ਤੇ ਲਿਖਿਆ ਹੋਇਆ ਆ 28-30 ਗੀਤ ਸੀਗੇ ਜਿਹੜੇ ਅਸੀਂ ਪੂਰੇ ਰੈਡੀ ਕੀਤੇ ਸੀ ਹਨਾ, ਫਿਰ ਉਹਨਾਂ ਚੋਂ ਸ਼ਾਰਟ ਲਿਸਟ ਕੀਤੇ ਇਕੱਲੇ ਇਕੱਲੇ, ਪਹਿਲਾਂ ਲਿਸਟ ਬਣਾ ਲਈ ਨਹੀਂ ਨਹੀਂ ਆਹ ਵਾਲਾ ਹਟਾ ਦਈਏ ਆਹ ਪਾ ਦਈਏ, ਮਤਲਬ ਕਿੰਨੇ ਦਿਨ ਤੇ ਆਹੀ ਚੱਲੀ ਗਿਆ, ਤੇ ਉਹ ਗਾਣਾ ਇਕੱਲਾ ਬਣਾਏ ਅਸੀਂ ਸਾਰੇ ਸੀ ਕੀਤੇ, ਅਸੀਂ 10 ਰਿਲੀਜ਼ ਦਾ ਬਣਾਏ ਅਸੀਂ ਸਾਰੇ ਜਿੰਨੇ 28 ਸਾਰੇ ਦੇ ਸਾਰੇ ਬਣਾਏ, ਤੇ ਯਾ ਸ਼ੂਟ ਦਾ ਇੱਕ ਗਾਣਾ, ਤੇ ਹੁਣ ਹੁਣ ਹੋਰ ਕਰਾਂਗੇ ਹੋਪਫੁਲੀ 2-4 ਦਿਨਾਂ ਤੱਕ ਅਗਲਾ ਗਾਣਾ ਸ਼ੂਟ ਕਰਾਂਗੇ, ਇਹ ਨਹੀਂ ਯਾ ਦੱਸੂਗਾ ਕਰਾਂਗੇ ਪਰ ਕਰਾਂਗੇ। ਜਿਹੜੇ ਗੀਤ ਦੀ ਵੀਡੀਓ ਆਈ ਹੈ ਜੀ ਲਾਲਾ ਲੱਪਾ, ਉਸ ਗੀਤ ਦੀਆਂ ਦੋ ਲਾਈਨਾਂ ਜੇ ਸੁਣਾ ਸਕਦੇ ਆ ਤਾਂ ਸਾਨੂੰ ਬਹੁਤ ਵਧੀਆ ਲੱਗੂਗਾ। ਬਿਲਕੁਲ ਬਿਲਕੁਲ ਬਿਲਕੁਲ। ਹੋ 10 ਵਾਰ ਜੇ ਬੁਲਾਵਾਂ ਇੱਕ ਵਾਰ ਬੋਲ ਪੈਂਦੀ, ਥੋੜਾ ਥੋੜਾ ਮੁਸਕਾ ਕੇ ਬੁੱਲ ਬੰਦ ਕਰ ਲੈਂਦੀ, ਲਾਰਿਆਂ ਚ ਚਿੱਤ ਪਰਚਾਈ ਰੱਖਦੀ ਉਹ ਇੱਕ ਹਾਣ ਦੀ ਕੁੜੀ, ਲਾਰਾ ਲੱਪਾ ਲਾਈ ਰੱਖਦੀ ਉਹ ਇੱਕ ਹਾਣ ਦੀ ਕੁੜੀ, ਪਾਣੀ ਚ ਮਧਾਣੀ ਜਿਹੀ ਪਾਈ ਰੱਖਦੀ ਉਹ ਇੱਕ ਹਾਣ ਦੀ ਕੁੜੀ। ਓ ਦਸ ਵੈਰੀ ਨਾਈਸ। ਵੈਸੇ ਮੈਂ ਜਿਹੜਾ ਅਗਲਾ ਕੁਐਸਚਨ ਪੁੱਛਣ ਲੱਗੀ ਆ ਇਸਦਾ ਆਨਸਰ ਮੈਨੂੰ ਪਤਾ ਤੁਸੀਂ ਦੇਣਾ ਪਸੰਦ ਸ਼ਾਇਦ ਨਹੀਂ ਕਰਨਾ, ਪਰ ਕਿੰਨਾ ਕੁ ਪਿਆਰ ਮਿਲ ਰਿਹਾ ਹੈ, ਕਿੱਦਾਂ ਦੀ ਪੋਜ਼ਿਟਿਵਿਟੀ ਆ ਰਹੀ ਹੈ ਐਲਬਮ ਸੁਣਨ ਤੋਂ ਬਾਅਦ, ਉਹ ਕੀ ਰਿਐਕਸ਼ਨ ਰਿਹਾ ਹੈ ਫੈਨਸ ਦਾ, ਕਿਵੇਂ ਦੀ ਲੱਗੀ ਫੈਨਸ ਨੂੰ ਇਹ? ਬਹੁਤ ਜ਼ਿਆਦਾ ਬਹੁਤ, ਮੈਂ ਨਾ ਅੱਗੇ ਆਲਵੇਜ਼ ਅਸੀਂ ਇਹ ਕਰਦੇ ਹੁੰਦੇ ਆ ਜਦੋਂ ਗਾਣਾ ਆਉਂਦਾ ਤੇ ਜਿਹੜਾ ਇੰਸਟਾ ਤੇ ਆਪਾਂ ਨੂੰ ਲੋਕ ਮੈਂਸ਼ਨ ਕਰਦੇ ਆ ਨਾ, ਆਪਾਂ ਆਪਣੀਆਂ ਸਟੋਰੀਆਂ ਸ਼ੇਅਰ ਕਰਦੇ ਹੁੰਦੇ ਆ, ਤੇ ਇੱਕ ਵਾਰੀ ਉਹ ਵੀ ਇੰਨਾ ਜ਼ਿਆਦਾ ਉਹ ਸਟੋਰੀਆਂ 'ਚ ਇੰਨਾ ਜ਼ਿਆਦਾ ਉਹ ਆ ਰਿਹਾ ਅੱਗੇ, ਆਪਾਂ ਚਲੋ ਕਰ ਲੈਂਦੇ ਸੀ ਵੀ ਗੁੱਸੇ ਨਾ ਹੋਣ, ਹੁਣ ਇਹ ਆ ਵੀ ਇੰਨੀਆਂ ਜ਼ਿਆਦੀਆਂ ਕਿਹਦੀਆਂ ਕਿਹਦੀਆਂ ਪਾਈਏ ਕਿਹਦੀਆਂ ਕਿਹਦੇ ਨਾ ਪਾਈਏ, ਮੈਸੇਜ ਲੋਕਾਂ ਦੇ, ਕਮੈਂਟ ਗਾਣਿਆਂ ਦੇ, ਯੂਟਿਊਬ ਤੇ ਮੈਨੂੰ ਲੱਗਦਾ ਮੇਰੇ ਇੰਨੇ ਘੱਟ, ਮਤਲਬ 2 ਦਿਨਾਂ ਦੇ ਵਿੱਚ ਇੰਨੀ ਛੇਤੀ ਕਿਸੇ ਗਾਣੇ ਤੇ ਵੀ ਇੰਨੇ ਕਮੈਂਟ ਨਹੀਂ ਆਏ, ਤੇ ਬੜਾ ਬਹੁਤ ਚੰਗਾ, ਮੈਂ ਤਾਂ ਉਦਣ ਹੀ ਸ਼ਾਮ ਨੂੰ ਲਾਈਵ ਹੋ ਕੇ ਤੇ ਇੰਨਾ ਖੁਸ਼, ਮੇਰੇ ਦੰਦ ਖਿੜੇ ਪਏ ਤੇ ਮੈਂ ਸਾਰੀ ਐਲਬਮ ਲਾਈਵ ਹੋ ਕੇ ਪਲੇ ਕੀਤੀ ਇੰਸਟਾ ਤੇ, ਤੇ ਬਹੁਤ ਸੋਹਣਾ ਲੱਗ ਰਿਹਾ ਜੀ, ਤੇ ਬਹੁਤ ਚੰਗਾ ਬਲੌਕਬਸਟਰ ਜਿਹਾ ਰਿਸਪੌਂਸ ਆ ਐਵੇਂ ਕਹਿ ਸਕਦੇ ਹਾਂ। ਦੈਟਸ ਵੈਰੀ ਵੈਰੀ ਨਾਈਸ। ਫੈਮਿਲੀ ਨੂੰ ਕਿਵੇਂ ਦੀ ਲੱਗੀ ਤੁਹਾਡੀ ਐਲਬਮ? ਪਹਿਲੀ ਐਲਬਮ ਹੈ, ਚਾਰ ਜ਼ਰੂਰ ਹੋਵੇਗਾ। ਬਹੁਤ ਬਹੁਤ ਵਧੀਆ ਲੱਗਿਆ ਜੀ, ਆਪਣੇ ਹੁਣ ਪੇਂਡੂ ਜਿਹਾ ਆਪਣਾ ਪਰਿਵਾਰ ਆ ਇੱਕ ਸਿੰਪਲ ਜਿਹਾ, ਉਹਨਾਂ ਨੂੰ ਕੀ ਹੁੰਦਾ ਇਹਨਾਂ ਨੇ ਸੁਣ ਲਈ ਵੀ ਹਾਂ ਪੁੱਤ ਤੇਰੀ ਰੀਲ ਆ ਗਈ ਤੇ ਤੈਨੂੰ ਵਧਾਈਆਂ ਬਹੁਤ ਬਹੁਤ, ਇਹੋ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਉਹਨਾਂ ਵਿਚਾਰਿਆਂ ਕੀ ਕਹਿਣਾ ਹੁੰਦਾ। ਦੈਟਸ ਵੈਰੀ ਵੈਰੀ ਸਵੀਟ। ਸੋ ਫਿਰ ਵਿੱਚ ਵਿੱਚ ਤੁਸੀਂ ਸਾਊਂਡ ਟਰੈਕ, ਯੂ ਨੋ ਮੂਵੀਜ਼ ਦੇ ਸਾਊਂਡ ਟਰੈਕ ਦੇ ਵਿੱਚ ਵੀ ਕੰਟਰੀਬਿਊਟ ਕੀਤਾ ਹੋਇਆ ਆ, ਮੂਵੀਜ਼ ਲਈ ਬੜੇ ਗੀਤ ਦਿੱਤੇ ਨੇ ਤੁਸੀਂ, ਬਹੁਤ ਮੂਵੀਜ਼ ਦੇ ਵਿੱਚ ਕੰਮ ਕਰਨਾ, ਅਕਸਰ ਹਰੇਕ ਕਲਾਕਾਰ ਇਹੀ ਕਹਿੰਦਾ ਹੈ ਕਿ ਮੂਵੀਜ਼ ਦੇ ਵਿੱਚ ਕੰਮ ਕਰਨਾ ਥੋੜਾ ਸੌਖਾ ਹੈ ਜੇ ਗੀਤ ਦੇਣਾ ਹੁੰਦਾ ਹੈ, ਕਿਉਂਕਿ ਉਹਨਾਂ ਦੇ ਸਟਾਈਲ ਦੇ ਨਾਲ ਕਰਨਾ ਪੈਂਦਾ ਹੈ। ਤੁਹਾਨੂੰ ਕਿਵੇਂ ਦਾ ਲੱਗਿਆ, ਕਿਉਂਕਿ ਤੁਸੀਂ ਗੀਤ ਉਹ ਦਿੱਤੇ ਨੇ ਜਿਹੜੇ ਯੂ ਨੋ ਟਾਈਟਲ ਟਰੈਕਸ ਨੇ ਕਈ ਮੂਵੀਜ਼ ਦੇ, ਸੋ ਹਾਊ ਇਜ਼ ਦੈਟ? ਮੈਨੂੰ ਜ਼ਿਆਦਾ ਔਖਾ ਨਹੀਂ ਲੱਗਿਆ ਆਪਣੇ ਗੀਤਾਂ ਨਾਲੋਂ, ਉਹ ਥੋੜਾ ਸੌਖਾ ਆ ਕਿਉਂਕਿ ਉਹਨਾਂ ਦਾ ਸਾਰਾ ਕੁਛ ਆਲਰੇਡੀ ਪਲੈਨਡ ਹੁੰਦਾ ਆ ਹਨਾ, ਉਹਨਾਂ ਦੀ ਮੈਨੂੰ ਜ਼ਿਆਦਾਤਰ ਫਿਲਮਾਂ ਦੇ ਟਾਈਟਲ ਟਰੈਕਸ ਹੀ ਆਏ ਨੇ, ਉਹਨਾਂ ਦਾ ਟਾਈਟਲ ਆ ਉਹ ਆਲਰੇਡੀ ਗਾਣਾ ਲੱਭੀ ਬੈਠੇ ਹੁੰਦੇ ਆ ਜਿਹੜਾ ਉਹਨਾਂ ਦੇ ਟਾਈਟਲ ਨੂੰ ਸੂਟ ਕਰਦਾ ਹਨਾ, ਤੇ ਉਹ ਬਸ ਲਿਰਿਕਸ ਲੈ ਕੇ ਮੇਰੇ ਕੋ ਸਾਡੇ ਕੋਲ ਆ ਜਾਂਦੇ ਆ ਹਨਾ, ਕਾਲ ਕਰਦੇ ਆ ਤੇ ਅਸੀਂ ਕੰਪੋਜ਼ ਕਰਕੇ ਤੇ ਮੈਂ ਸਿੱਧੀ ਵੋਕਲ ਕਰ ਲੈਣੀ ਆ, ਤੇ ਬਾਅਦ ਚ ਅੱਗੇ ਕੰਮ ਮਿਊਜ਼ਿਕ ਪ੍ਰੋਡਿਊਸਰ ਦਾ ਆ ਤੇ ਉਹਨੇ ਬਣਾ ਕੇ ਅਗਲੇ ਨੂੰ ਦੇ ਦੇਣਾ, ਸਾਡਾ ਇੰਨਾ ਕੀ ਕੰਮ ਆ, ਅਸੀਂ ਆਪਦੇ ਪੈਸੇ ਲੈ ਕੇ ਘਰੇ ਚੱਲ ਜਾਣਾ। ਗੀਤ ਆਇਆ ਸੀ ਬਲੈਕੀਆ, ਵਾਟ ਅ ਟਰੈਕ, ਵਾਟ ਅ ਟਰੈਕ। ਮੂਵੀ ਦਾ ਕਨਸੈਪਟ ਵੀ ਬੜਾ ਵਧੀਆ ਸੀਗਾ, ਬਟ ਉਹਦਾ ਟਾਈਟਲ ਟਰੈਕ ਨੇ ਮੂਵੀ ਨੂੰ ਕੰਪਲੀਟ ਕਰ ਦਿੱਤਾ ਸੀਗਾ ਜੀ। ਉਸ ਗੀਤ ਦਾ ਅਪਰੋਚ ਕਿਵੇਂ ਆਇਆ ਐਂਡ ਲਾਈਕ ਯੂ ਨੋ ਉਹ ਕਿਵੇਂ ਦੱਸ ਰਿਹਾ ਪ੍ਰੋਜੈਕਟ ਉਹ ਸਾਰਾ?
ਉਹ ਬਲੈਕੀਆ ਗੀਤ ਇਦਾਂ ਸੀ, ਅਸੀਂ ਉਹ ਗਾਣਾ ਵੀ ਸਾਡਾ ਆਲਰੇਡੀ ਅਸੀਂ ਪਹਿਲਾਂ ਮੂਵੀ ਤੋਂ ਪਹਿਲਾਂ ਹੀ ਬਣਾਇਆ ਹੋਇਆ ਸੀ, ਸਾਡਾ ਇਹ ਨਹੀਂ ਸੀ ਕਿ ਅਸੀਂ ਮੂਵੀ ਚ ਪਾਵਾਂਗੇ। ਸਾਡਾ ਗਿੱਲ ਵੀਰਾ ਜਿਹੜਾ ਨਾ ਉਹਦੀ ਮੈਨੂੰ ਇੱਕ ਚੀਜ਼ ਵਧੀਆ ਲੱਗਦੀ ਆ, ਕੋਈ ਵੀ ਗੀਤ ਹੋਵੇ ਉਹ ਮੈਨੂੰ ਭੇਜਦਾ ਆ ਹਨਾ, ਤੇ ਫਿਰ ਜਿਸ ਜਿਹੜੀ ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਉਹ ਮੈਂ ਰੱਖ ਲੈਂਦਾ, ਬਾਕੀ ਕਹਿ ਦਿੰਦਾ ਹੁੰਦਾ ਵੀ ਵੀਰੇ ਤੂੰ ਕਿਸੇ ਨੂੰ ਦੇ ਸਕਦਾ ਹੈ ਨਾ, ਵੀ ਮੈਂ ਨਹੀਂ ਹੈ, ਜਿਹੜੇ ਮੈਂ ਬਣਾ ਲਏ ਵੀ ਇਹ ਦੇਣ ਤੋਂ ਪਹਿਲਾਂ ਮੈਨੂੰ ਪੁੱਛ ਲਈ, ਹੋ ਸਕਦਾ ਮੈਂ ਕਹਿ ਦਵਾਂ ਵੀ ਚੱਲ ਕੋਈ ਨਹੀਂ ਦੇ ਦੇ ਮੇਰਾ ਵੀਰ, ਤੇ ਅਸੀਂ ਪਹਿਲੇ ਬਣਾ ਕੇ ਰੱਖਿਆ ਹੋਇਆ ਸੀ ਤੇ ਉਹ ਰੱਬ ਵੱਲੋਂ ਹੀ ਬਲੈਕ ਟਾਈਟਲ ਦੀ ਮੂਵੀ ਆ ਗਈ ਹਨਾ ਉਸ ਚੀਜ਼ ਤੇ, ਤੇ ਫਿਰ ਉਹਨਾਂ ਨੇ ਸੁਣਿਆ ਜਦੋਂ ਤੇ ਉਹਨਾਂ ਨੇ ਕਿਹਾ ਵੀ ਬਣ ਗਈ ਗੱਲ ਜੀ। ਐਂਡ ਹੁਣ ਗਿੱਪੀ ਗਰੇਵਾਲ ਦੇ ਨਾਲ ਤੁਸੀਂ ਬੜੀਆਂ ਕੋਲੈਬੋਰੇਸ਼ਨਸ ਕੀਤੀਆਂ ਨੇ ਹੰਬਲ 뮤직 ਦੇ ਨਾਲ, ਗਿੱਪੀ ਦੀ ਪ੍ਰੋਡਕਸ਼ਨ ਦੇ ਨਾਲ ਕੰਮ ਕਰਨਾ ਕਿਵੇਂ ਦਾ ਹੈ, ਕਿਉਂਕਿ ਹੀ ਇਜ਼ ਗਾਟ ਅ ਮੈਸਿਵ ਪ੍ਰੋਡਕਸ਼ਨ ਐਂਡ ਵਨ ਆਫ ਦ ਬਿਗ ਨੇਮਸ, ਕਿੱਦਾਂ ਦਾ ਲੱਗਦਾ ਹੈ ਉਹਨਾਂ ਦਾ ਕੰਮ ਕਰਕੇ ਐਂਡ ਵਾਟ ਇਜ਼ ਹੀ ਲਾਈਕ? ਬੜੇ ਵਧੀਆ ਇਨਸਾਨ ਨੇ, ਜਿਵੇਂ ਉਹਨਾਂ ਦਾ ਉਹ ਹੈ ਨਾ ਹੰਬਲ ਲੜਾ, ਹੰਬਲ ਮੋਸ਼ਨ ਪਿਕਚਰ, ਹੰਬਲ 뮤직, ਉਦਾਂ ਜਿਹਾ ਉਹਨਾਂ ਸਾਰਿਆਂ ਦਾ ਸੁਭਾਅ ਹੰਬਲ ਜਿਹਾ ਆ, ਤੇ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਉਹ ਚੀਜ਼ ਬੜੀ ਵਧੀਆ ਲੱਗਦੀ ਆ ਵੀ ਉਹਨਾਂ ਨੂੰ ਜਦੋਂ ਲੱਗਦਾ ਇਹ ਗਾਣਾ ਹਿੰਮਤ ਦੇ ਲਾਇਕ ਵਾਲਾ ਤੇ ਉਹਨਾਂ ਨੇ ਸਿੱਧਾ ਮੈਨੂੰ ਬਣਾ ਕੇ ਰੱਖਿਆ ਹੁੰਦੇ ਆ ਗਾਣੇ, ਡਮੀਆਂ ਬਣੀਆਂ ਹੁੰਦੀਆਂ ਭਾਵੇਂ ਕਿਸੇ ਹੋਰ ਦੀ ਵੋਕਲ 'ਚ ਹੋਵੇ ਵੀ ਹਿੰਮਤ ਆਹ ਗਾਣਾ ਆ ਆਹ ਮੂਵੀ ਆ ਤੇ ਜਾ ਕੇ ਵੋਕਲ ਕਰ ਰਹੀ ਹਨਾ, ਜੇ ਸੁਣ ਲਾ ਜਿਹਨੂੰ ਵਧੀਆ ਲੱਗਦਾ ਆ ਹਨਾ, ਤੇ ਓਬਵੀਅਸਲੀ ਜੇ ਅਗਲਾ ਮੂਵੀ ਲਈ ਗਾਣਾ ਸਿਲੈਕਟ ਕਰ ਰਿਹਾ ਵਧੀਆ ਹੁੰਦਾ ਤੇ ਫਿਰ ਏਦਾਂ ਹੀ ਕੋਈ ਉਹ ਵੀ ਕੋਈ ਬਾਹਲਾ ਔਖਾ ਨਹੀਂ ਆ ਪਰ ਉਹ ਚੀਜ਼ ਬੜੀ ਵਧੀਆ ਲੱਗਦੀ ਆ। ਬੜੇ ਵਧੀਆ ਜੇ ਤਰੀਕੇ ਨਾਲ ਇੱਕ ਗਾਣਾ ਆਉਂਦਾ ਇੱਕ ਵੌਇਸ ਨੋਟ ਆਉਂਦਾ ਤੇ ਆਪਾਂ ਗਾਣਾ ਰਿਕਾਰਡ ਕਰ ਦਈਦਾ। ਦੈਟਸ ਸੋ ਸਵੀਟ, ਵੈਰੀ ਵੈਰੀ ਸਵੀਟ। ਗਿਵ ਬਲੈਕ ਹੈ ਮੈਨੂੰ ਬੜਾ ਪਸੰਦ ਹੈ। ਮੈਂ ਨਾ ਅੱਜ ਪ੍ਰੋਮਿਸ ਕੀਤਾ ਸੀਗਾ, ਮੈਂ ਖੁਦ ਵੀ ਇੱਕ ਪੋਸਟ ਪਾਈ ਸੀਗੀ, ਆਈ ਵਾਸ ਲਾਈਕ ਮੈਂ ਹਿੰਮਤ ਹੋਣਾ ਤੋਂ ਬਹੁਤ ਜ਼ਿਆਦਾ ਗਵਾਉਣਾ ਆ ਕਿਉਂਕਿ ਸਾਰਿਆਂ ਨੇ ਇਹੀ ਪਰਵਾਹ ਕੀਤੀ ਸੀ ਕਿ ਵੋਕਲਸ ਅਸੀਂ ਸੁਣਨੇ ਆ। ਸੋ ਬਲੈਕ ਹੈ ਗੀਤ ਸਾਨੂੰ ਜ਼ਰੂਰ ਸੁਣਾਓ। ਹੋ ਆਪ ਦਬੇ ਨਾ ਦਬਾਏ ਆਮ ਲੋਕ ਨਾ, ਹੋ ਜੱਜਾ ਠਾਣਿਆਂ ਦੀ ਮਿੱਤਰਾਂ ਤੇ ਰੋਕ ਨਾ, ਝੂਠੇ ਬੰਦਿਆਂ ਨਾ ਪੁੱਗ ਦੀ ਲਿਹਾਜ਼ ਨਾ, ਖੂਨ ਸਾੜਦੇ ਆ ਟੌਂਟ ਜੋ ਸ਼ਿਕਾਇਤੀ ਹੈ, ਨੀ ਤਾਂ ਚਿੱਟੀਆਂ ਦਿਲਾਂ ਦੇ ਅਸੀਂ ਕਾਲੇ ਨਾ, ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ, ਨੀ ਤਾਂ ਚਿੱਟੀਆਂ ਦਿਲਾਂ ਦੇ ਅਸੀਂ ਕਾਲੇ ਨਾ, ਭਾਵੇਂ ਵੱਜਦੇ ਆ ਜੱਗ ਤੇ ਬਲੈਕੀਏ। So nice, oh my god, I will like it. ਹੁਣ ਅੱਗੇ ਕੀ ਆ ਰਿਹਾ ਹੈ, ਕੀ ਅਸੀਂ ਐਕਸਪੈਕਟ ਕਰ ਰਹੇ ਹਾਂ ਹਿੰਮਤ, ਤੁਸੀਂ ਕੀ ਕੁਝ ਲੈ ਕੇ ਆ ਰਹੇ ਹਾਂ ਆਪਣੇ ਫੈਨਸ ਦੇ ਲਈ? ਅਸੀਂ ਅੱਜ ਹੀ ਪਲਾਨ ਕਰ ਰਹੇ ਸੀ, ਮੈਂ ਟੀਮ ਨਾਲ ਬੈਠਾ ਸੀ ਤੇ ਅਸੀਂ ਡਿਸਕਸ ਕਰ ਰਹੇ ਸੀਗੇ ਵੀ ਚਲੋ ਐਲਬਮ ਆ ਗਈ, ਬਹੁਤ ਵਧੀਆ ਰਿਸਪੌਂਸ ਆ ਤੇ ਸਭ ਕੁਝ ਚੱਲੀ ਜਾਂਦਾ ਸੋਹਣਾ, ਤੇ ਇਹਨੂੰ ਵੀ ਵੇਖੀ ਜਾਵਾਂਗੇ ਹੁਣ ਕੀ ਚੱਲੀ ਜਾਣ ਦੀ ਹੈ ਕਿ ਅੱਗੇ ਵੀ ਕੁਝ ਕਰਨਾ ਆ, ਇੰਨਾ ਸੋਚਦਾ ਹੈ। ਤੇ ਗਾਣੇ ਬਹੁਤ ਬਣਾਏ ਆ ਅਸੀਂ, ਉਹਨਾਂ ਚੋਂ ਵੀ ਅੱਜ ਮੈਂ ਡਾਇਰੀ ਦੇ ਟਿੱਕ ਲਾਏ ਹੋਏ ਆ ਵੀ ਆਹ ਗਾਣੇ ਵਧੀਆ, ਇਹਨਾਂ ਚੋਂ ਕੁਛ 5-7 ਕੱਢਿਆ ਮੈਂ, ਤੇ ਹੋਪਫੁਲੀ ਉਹਨਾਂ ਚੋਂ ਕੁਛ ਆਵੇ, ਹੋ ਸਕਦਾ ਕੋਈ ਵੱਡਾ ਸਰਪ੍ਰਾਈਜ਼ ਵੀ ਕਰ ਸਕਦੇ ਆ ਵੀ ਅਨਬਿਲੀਵੇਬਲ ਜਿਹਾ ਹੀ ਹੋਵੇ ਜਿਹੜਾ ਐਕਸਪੈਕਟ ਨਾ ਕੀਤਾ ਕਰੀ ਜੇ ਨਾ, ਬਾਕੀ ਕੁਛ ਕਰਾਂਗੇ ਤੇ ਸੋਹਣੇ ਕਰਾਂਗੇ। ਮੂਵੀ ਆ ਰਹੀ ਹੈ ਤੁਹਾਡੀ? ਨਹੀਂ ਨਹੀਂ ਮੂਵੀ ਨਹੀਂ ਹੈ ਜੀ, ਮੂਵੀ ਤਾਂ ਸੋਚਿਆ ਹੈ ਵੈਸੇ ਕਿਉਂਕਿ ਕਾਫੀ ਆਪਣੇ ਕਲਾਕਾਰ ਸਾਰੇ ਹੀ ਅੱਜ ਕੱਲ ਮੂਵੀਜ਼ ਦੇ ਵਿੱਚ ਜਾ ਰਹੇ ਨੇ, ਮੂਵੀ ਐਕਸਪੈਕਟਡ ਹੁੰਦੀ ਹੈ ਜੇ ਕੋਈ ਸਿੰਗਰ ਬਣ ਜਾਂਦਾ, ਵਧੀਆ ਸਿੰਗਰ ਬਣ ਜਾਂਦਾ ਤਾਂ ਉਹਨਾਂ ਤੋਂ ਮੂਵੀ ਜ਼ਰੂਰ ਐਕਸਪੈਕਟਡ ਹੋਣ ਲੱਗ ਜਾਂਦੀ ਹੈ, ਮੂਵੀ ਦੀ ਅਪਰੋਚਸ ਆ ਰਹੀਆਂ ਨੇ। ਹਾਂਜੀ ਹਾਂਜੀ, ਮੈਨੂੰ ਮਤਲਬ ਸਟੋਰੀਆਂ ਸਟਾਰੀਆਂ ਆਈਆਂ ਹੁਣ ਤੱਕ ਵਧੀਆ, ਪਰ ਅਸੀਂ ਥੋੜੇ ਜਿਹੇ ਚੀਜ਼ ਨੂੰ ਲੈ ਕੇ ਡਰਦੇ ਜੇ ਆ ਵੀ ਯਾਰ ਕਿਤੇ ਅਸੀਂ ਮੂਵੀ ਕਰ ਲਈਏ ਮਾੜੀ ਚੀਜ਼ ਕਰ ਲਈਏ ਫਿਰ ਉਸ ਚੀਜ਼ ਦਾ ਗਾਣੇ ਤੇ ਵੀ ਫਰਕ ਪਊਗਾ, ਜੇ ਮਾੜੀ ਹੋ ਗਈ ਤੇ ਫਿਰ ਉਹ ਦੂਜਾ ਬੇੜਾ ਬਹਿ ਜਾਣਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਕਰੀਏ ਕੁਛ ਵੀ ਤੇ ਬੜਾ ਵਧੀਆ ਕਰਾਂਗੇ। ਜੀ 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 ਹਿੰਮਤ, ਬਾਕੀ ਕਲਾਕਾਰਾਂ ਦੀ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਉਹਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚੋਂ ਤੁਸੀਂ ਕਿਹਨਾਂ ਨੂੰ ਸੁਣ ਰਹੇ ਆ, ਕਿਹੜਾ ਤੁਹਾਡਾ ਸਭ ਤੋਂ ਜ਼ਿਆਦਾ ਫੇਵਰੇਟ, ਕਿਹੜਾ ਗੀਤ ਅੱਜ ਕੱਲ੍ਹ ਤੁਸੀਂ ਆਪਣੇ ਗੀਤਾਂ ਤੋਂ ਛੁੱਟ ਸਾਰੇ ਕਿਹਦਾ ਗੀਤ ਤੁਸੀਂ ਸਭ ਤੋਂ ਜ਼ਿਆਦਾ ਸੁਣ ਰਹੇ ਆ? ਐਵੇਂ ਮੈਂ ਇੱਕ ਜਾਣਾ ਵੀ ਨਹੀਂ ਕਹੂੰਗਾ ਮੈਂ ਵੀ, ਅੱਜ ਕੱਲ੍ਹ ਜਿਹੜੇ ਗੀਤ ਆਉਂਦੇ ਆ ਕੁਛ ਕ੍ਰੀਏਟਿਵ ਜਿਹਾ ਹੁੰਦਾ ਇਹਨਾਂ 'ਚ ਨਵਾਂ ਨਵਾਂ, ਭਾਵੇਂ ਜੇ ਮਿਊਜ਼ੀਕਲੀ ਹੋਵੇ ਕੰਪੋਜੀਸ਼ਨਸ ਬੜੀਆਂ ਸੋਹਣੀਆਂ ਬਣਦੀਆਂ ਨੇ ਜਿਹੜੇ ਨਵੇਂ ਨਵੇਂ ਗਾਣੇ ਆਉਂਦੇ ਨੇ, ਤੇ ਜਿਹੜਾ ਵੀ ਸੋਹਣਾ ਹੁੰਦਾ ਵੀ ਸਾਰੇ ਹੀ ਸੁਣੀਦੇ ਆਪਾਂ। ਹੁਣ ਅਸੀਂ ਤਾਂ ਯਾਰ ਆਰਟਿਸਟ ਹਾਂ, ਸਾਡਾ ਤਾਂ ਹੁਣ ਇੱਕ ਹਿਸਾਬ ਦਾ ਇੱਕ ਫਰਜ਼ ਜਿਹਾ ਆ ਵੀ ਸੁਣਨਾ ਹੀ ਪੈਣਾ ਕਿ ਆ ਕੀ ਰਿਹਾ ਆ ਰੋਜ਼ ਰੋਜ਼ ਤੇ ਲੋਕ ਸੁਣ ਕੀ ਰਹੇ ਆ ਹਨਾ, ਸਾਰੇ ਹੀ ਸੁਣੀਦੇ ਆ ਜੀ, ਕੁਛ ਨਹੀਂ ਛੱਡੀਦਾ। That's really good. That's really such an honest answer because main jinni vaar vi ek question puchdi hai mainu sare kehnde bas sare sun leide hai assi te ta udde hi waise hi sun leide hai jab main sunda hi sunida va assi ta us purposely sunde hai vi vekhiye bhala ki aa reha va te log ki sun reha te assi jo banaya va ਉਹ ਕਿੱਥੇ ਐਕਸਟੈਂਡ ਕਰਦਾ ਉਹਦੇ ਅਕੋਰਡਿੰਗ ਹਨਾ, ਇਹ ਚੀਜ਼ਾਂ ਹੁੰਦੀਆਂ ਆ, ਅਸੀਂ ਆਰਟਿਸਟ ਹਾਂ ਸਾਨੂੰ ਕਰਨਾ ਪੈਣਾ ਕੰਮ ਦੇ ਵਿੱਚ ਹੀ ਆ ਗਈ ਇਹ ਵੀ ਚੀਜ਼। ਹਿੰਮਤ
ਅੱਜਕੱਲ ਕੋਲੈਬੋਰੇਸ਼ਨਸ ਮੇਨ ਸਟ੍ਰੀਮ ਪੰਜਾਬੀ ਆਰਟਿਸਟਾਂ ਦੇ ਬੜੇ ਆ ਰਹੇ ਨੇ, ਵੈਦਰ ਦੈਟਸ ਗਿੱਪੀ ਤੇ ਕਰਨ ਔਜਲੇ ਦਾ ਇੱਕ ਕੋਲੈਬ ਆ ਰਿਹਾ ਆ, ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦਾ ਕੋਲੈਬ ਆ ਰਿਹਾ ਆ, ਅਮਰਿੰਦਰ ਗਿੱਲ ਕੋਲੈਬੋਰੇਸ਼ਨ ਕਰਦੇ ਰਹਿ ਰਹੇ ਨੇ, ਯੂ ਨੋ ਅੰਮ੍ਰਿਤ ਮਾਨ ਦੀ ਕੋਲੈਬੋਰੇਸ਼ਨ ਆਈ ਸੀ ਰੀਸੈਂਟਲੀ. ਕੋਲੈਬੋਰੇਸ਼ਨ ਦਾ ਸੋਚਿਆ ਹੋਇਆ ਹੈ ਕਿ ਕਿਸਦੇ ਨਾਲ ਕੋਲੈਬੋਰੇਸ਼ਨ, ਕਿਉਂਕਿ ਕੋਲੈਬੋਰੇਸ਼ਨ ਆ ਰਹੀ ਹੈ ਤੁਹਾਡੀ ਜਾਂ ਸਿੰਗਲ ਟ੍ਰੈਕਸ ਆਣਗੇ? ਕਰਾਂਗੇ, ਸਰਪ੍ਰਾਈਜ਼ ਦੇਵਾਂਗੇ. ਅੱਛਾ, ਜਿੱਦਾਂ ਤੁਸੀਂ ਸਮਾਈਲ ਕਰ ਰਹੇ ਹੋ, ਮੈਂ ਕੁਝ ਵੱਡਾ ਐਕਸਪੈਕਟ ਕਰ ਰਹੀ ਹਾਂ. ਨਹੀਂ ਚਲੋ, ਹੁਣ ਬੰਦਾ ਤੇ ਆਪਦੇ ਵੱਲੋਂ ਵੱਡਾ ਹੀ ਸੋਚਦਾ, ਵੱਡਾ ਹੀ ਕਰਦਾ. ਤੇ ਮੈਂ ਪਹਿਲਾਂ ਵੀ ਕਈ ਵਾਰੀ ਇੱਕ ਦੋ ਵਾਰੀ ਲਾਈਵ 'ਚ ਕਿਸੇ ਨੇ ਮੈਨੂੰ ਪੁੱਛਿਆ ਸੀ, ਮੈਂ ਉਦੋਂ ਵੀ ਇਹੀ ਕਿਹਾ ਸੀ ਵੀ ਕਰਾਂਗੇ ਤੇ ਸਰਪ੍ਰਾਈਜ਼ ਦੇਵਾਂਗੇ. ਵਧੀਆ ਜੀ ਜੀ. ਸੋ ਅਗਲੀ ਅਸੀਂ ਕਲੈਬ ਕਲੈਬ ਐਕਸਪੈਕਟ ਕਰੀਏ. ਅਗਲਾ ਗੀਤ, ਅਗਲੇ ਗੀਤ ਮੈਂ ਕੋਈ ਅੱਜ ਉਹ ਨਹੀਂ ਕਹਿ ਰਿਹਾ ਵੀ ਅਗਲੇ ਅਗਲੇ 'ਚ ਕਲੈਬ ਹੀ ਹੋਊਗੀ, ਪਰ ਗੀਤ ਤੇ ਚਲੋ ਆਉਣੇ ਆਉਣੇ ਆ. ਜਦੋਂ ਬਹੁਤ ਮਾੜੀ ਆਦਤ ਹੈ ਮੈਨੂੰ ਜਿਦਾ ਪੋਕ ਕਰਨਾ ਸੀ ਵਿੱਚੋਂ ਗੱਲ ਕਢਾਉਣ ਦੀ ਇੱਕ. ਨਹੀਂ ਨਹੀਂ ਕੋਈ ਚੱਕਰ ਨਹੀਂ, ਖੁੱਲੀ ਆਵਾਂ ਜਾਂ ਆਪਾਂ ਜਵਾਬ ਦੇ ਕੇ, ਕੋਈ ਚੱਕਰ ਨਹੀਂ, ਕਰਾਂਗੇ. ਆਹੋ ਅਗਲੇ ਦੋ ਤਿੰਨ ਗੀਤਾਂ ਦੇ ਵਿੱਚ ਹੋਊਗਾ ਕੁਝ. ਦੈਟਸ ਵੈਰੀ ਵੈਰੀ ਨਾਈਸ. ਸੋ ਹਿੰਮਤ, ਇੱਕ ਗੀਤ ਆਇਆ ਸੀ ਤੁਹਾਡਾ, ਐਂਡ ਹਿੰਮਤ ਦੇ ਉੱਤੇ ਗੀਤ ਸੀਗਾ ਕਿ ਮਿਹਨਤਾਂ ਕੀਤੀਆਂ ਨੇ. ਹਿੰਮਤ, ਤੁਸੀਂ ਇਹ ਵੀ ਦੱਸਿਆ ਹੈ ਕਿ ਤੁਹਾਡਾ ਨਾਮ ਵੀ ਹਿੰਮਤ ਹੈ, ਪਰ ਹਿੰਮਤ ਵੀ ਤੁਹਾਡੇ ਵਿੱਚ ਬਹੁਤ ਹੈ ਕਿ ਤੁਸੀਂ ਇੰਨਾ ਕੁਝ ਕੀਤਾ, ਇੰਨਾ ਕੁਝ ਅਚੀਵ ਕੀਤਾ ਹੈ. ਮਿਹਨਤ ਗੀਤ ਮੈਨੂੰ ਬਹੁਤ ਪਸੰਦ ਹੈ, ਜੇ ਉਹਦੇ ਦੋ ਲਾਈਨਾਂ ਤੁਸੀਂ ਸੁਣਾ ਸਕਦੇ ਆ ਤਾਂ ਆਈ ਵਿਲ ਲਾਈਕ. ਜੱਟ ਦੇ ਤਾਰ ਚੱਲਦੇ ਲਾਏ ਨਹੀਂ ਤੁੱਕੇ ਮਿਹਨਤ. ਹਾਂਜੀ ਹਾਂਜੀ, ਜੱਟ ਦੇ ਸਟੈਪ. ਮੈਂ ਨਹੀਂ ਉਹ ਤੁੱਕੇ ਮਿਹਨਤਾਂ ਨੇ ਕੀਤੀਆਂ, ਲੋਕੀ ਕਹਿੰਦੇ ਜੱਟ ਦੇ ਸਟਾਰ ਚੱਲਦੇ ਲਾਏ ਨਹੀਂ ਉਹ ਤੁੱਕੇ ਮਿਹਨਤਾਂ ਨੇ ਕੀਤੀਆਂ. ਉਹ ਅੱਖਾਂ ਚ ਨਿੰਦਰਾ ਦਿਮਾਗ ਚ ਸਪੀਡ ਹੈ, ਚੱਲਦੇ ਆ ਚਾਹ ਦੇ ਨਾਲ ਵਰਤੀ ਨਾ ਵੀੜ ਹੈ, ਬਹੁਤਿਆਂ ਤੋਂ ਚੰਗੇ ਇਹੀ ਸ਼ੁਕਰ ਹੈ ਰੱਬ ਦਾ, ਬਟੂਏ ਚ ਲੋੜ ਜੋਗੇ ਬਹੁਤੀ ਨਾ ਗਰੀਡ ਹੈ, ਹੱਥ ਉਹਦੇ ਨਾਲ ਮਲਾਈਏ ਮੱਤ ਜੀ ਦੇ ਨਾਲ ਮਿਲੇ, ਉਹਦੇ ਨਾਲ ਮਲਾਈਏ ਮੱਤ ਜੀ ਦੇ ਨਾਲ ਮਿਲੇ, ਰੱਖ ਕੇ ਦਿਲਾਂ ਚ ਨਹੀਂ ਉਹ ਖਾਰ ਚੱਲਦੇ, ਉਹ ਲਾਏ ਨਹੀਂ ਉਹ ਤੁੱਕੇ ਮਿਹਨਤਾਂ ਨੇ ਕੀਤੀਆਂ, ਲੋਕੀ ਕਹਿੰਦੇ ਜੱਟ ਦੇ ਸਟਾਰ ਚੱਲਦੇ ਲਾਏ ਨਹੀਂ ਉਹ ਤੁੱਕੇ ਮਿਹਨਤਾਂ ਨੇ ਕੀਤੀਆਂ. ਵੈਰੀ ਵੈਰੀ ਨਾਈਸ, ਸੋ ਨਾਈਸ. ਹਿੰਮਤ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਜਾਣ ਦੇਵਾਂ ਜਾਂ ਮੈਂ ਕਹਾਂ ਕਿ ਆਪਾਂ ਐਂਡ ਕਰਨ ਲੱਗੇ, ਮੈਂ ਐਕਚੁਲੀ ਇਹ ਗੱਲ ਪੁੱਛਣਾ ਚਾਹੁੰਦੀ, ਦੋ ਤਿੰਨ ਸਵਾਲ ਮੇਰੇ ਜ਼ਰੂਰ ਪੁੱਛਣ ਵਾਲੇ ਹੁੰਦੇ ਨੇ. ਐਂਡ ਇੱਕ ਤਾਂ ਕਿ ਤੁਹਾਨੂੰ ਕਿਹੜੇ ਗੀਤ ਪਸੰਦ ਨਹੀਂ ਗਾਉਣੀ, ਕਿਉਂਕਿ ਤੁਸੀਂ ਲੋਕ ਗੀਤ ਬੜੇ ਗਾਉਂਦੇ ਆ, ਬਹੁਤ ਜਿਹਦੇ ਵਿੱਚ ਪਾਵਰ ਲੱਗਦੀ ਆ, ਆਵਾਜ਼ ਦੇ ਉੱਤੇ ਕੰਮ ਕਰਨਾ ਪੈਂਦਾ, ਉਹ ਗੀਤ ਤੁਸੀਂ ਜ਼ਿਆਦਾ ਗਾਉਂਦੇ ਆ, ਉਹ ਗੀਤ ਪਸੰਦ ਨੇ ਜਾਂ ਸਲੋ ਗੀਤ ਕਰਨੇ ਪਸੰਦ ਨੇ? ਮੇਰਾ ਆ ਵੀ ਮੈਂ ਹਰ ਜ਼ੋਨਰ ਗਾਉਣਾ ਟਰਾਈ ਕਰਦਾ ਹੁੰਦਾ, ਮੈਨੂੰ ਇਹ ਹੁੰਦਾ ਵੀ ਮੈਂ ਮੇਰੇ ਤੇ ਕੋਈ ਇੱਕ ਜ਼ੋਨਰ ਪੱਕੇ ਨਾ ਵੀ ਮੇਰਾ ਆਹੀ ਜ਼ੋਨਰ ਆ ਮੈਂ ਆਹੀ ਗਾਉਣਾ, ਮੈਂ ਡਿਫਰੈਂਟ ਡਿਫਰੈਂਟ ਤਰੀਕੇ ਤੇ, ਭਾਵੇਂ ਮੈਨੂੰ ਔਖਾ ਲੱਗੇ ਜਿਹੜੀ ਚੀਜ਼ ਮੇਰੀ ਫਾਸਟ ਜੇ ਗਰਾਰੀ ਜੀ ਫਿਰ ਉਹ ਮੈਂ ਸਿੱਖਦਾ ਵਾਂ, ਫਿਰ ਉਹਨੂੰ ਪੂਰੀ ਕਰਦਾ, ਮੈਂ ਹਰ ਜ਼ੋਨਰ ਗਾਉਂਦਾ ਰਹਿੰਦਾ ਹੁੰਦਾ ਜੀ. ਇੱਕ ਚੀਜ਼ ਮੈਂ ਹਰ ਇੱਕ ਆਰਟਿਸਟ ਨੂੰ ਪੁੱਛੀ ਹੈ ਇਹ ਲਾਈਵ ਕਰਦਿਆਂ ਹੋਇਆ, ਇਜ਼ ਦੈਟ ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਨਾਲ ਰੱਖਦੇ ਆ, ਵੈਦਰ ਉਹ ਕੋਈ ਚੀਜ਼ ਹੈ ਜਿਹੜੀ ਤੁਸੀਂ ਨਾਲ ਆਪਣੇ ਕੋਲ ਰੱਖਦੇ ਆ, ਕੋਈ ਚੀਜ਼ ਹੋ ਸਕਦੀ ਹੈ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਜੇ ਮੈਂ ਇਸ ਲਾਈਨ ਦੇ ਵਿੱਚ ਆਇਆ, ਮੈਂ ਜੇ ਵਧੀਆ ਕਰਨਾ ਚਾਹੁੰਦਾ ਆ, ਮੈਂ ਮਿਹਨਤ ਕਰਨੀ ਹੈ, ਤਾਂ ਉਹ ਇੱਕ ਚੀਜ਼ ਮੈਂ ਚੇਤੇ ਰੱਖਣੀ ਹੈ? ਮੈਂ ਨਾਲ ਰੱਖਦਾ ਇੱਕ ਸੋਚ ਮੇਰੀ, ਮੈਂ ਚਲੋ ਅੱਜ ਦੇ ਜ਼ਮਾਨੇ ਦਾ ਇੱਕ ਆਰਟਿਸਟ ਹਾਂ ਤੇ, ਪਰ ਮੈਂ ਮੇਰੀ ਮੇਰੀ ਸੋਚ ਜਿਹੜੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਮੈਂ ਆਪਣੇ ਦਾਦੇ ਵਾਲੀ ਸੋਚ ਰੱਖਾਂ, ਤਾਂ ਹੀ ਕਰਕੇ ਮੈਂ ਆਪਣੇ ਦਾਦਾ ਜੀ ਦਾ ਟੈਟੂ ਬਣਵਾਇਆ ਆ ਬਾਂਹ ਤੇ. ਦੈਟਸ ਵੈਰੀ ਨਾਈਸ. ਨਾਲ ਹਮੇਸ਼ਾ ਹੀ ਨੇ, ਮੈਂ ਇਹ ਕੋਸ਼ਿਸ਼ ਕਰਦਾ ਨਾ ਵੀ ਮੇਰੀ ਸੋਚ ਜਿਹੜੀ ਆ ਉਹ ਉਹੋ ਜਿਹੀ ਰਹੇ, ਮਤਲਬ ਕੁਛ ਮਾੜੇ ਵਿੱਚ ਨਾ ਆਵੇ, ਲੋਕੀ ਪੁਰਾਣੀ ਸੋਚ ਨੂੰ ਗਲਤ ਜੱਜ ਕਰਦੇ ਆ, ਪਰ ਮੇਰੇ ਜਿਹੜੇ ਬਾਪੂ ਜੀ ਸੀਗੇ, ਮਤਲਬ ਮੇਰੀ ਜ਼ਿੰਦਗੀ ਦਾ ਬੈਸਟ ਇਨਸਾਨ, ਮੈਂ ਕੱਲੀ ਕੱਲੀ ਚੀਜ਼ ਉਹਨਾਂ ਤੋਂ ਸਿੱਖੀ ਆ, ਮਤਲਬ ਮੈਂ ਓਬਜ਼ਰਵ ਕੀਤੀ ਆ ਉਹਨਾਂ ਦੀ ਸਾਰੀ ਲਾਈਫ, ਜਿੱਦਾਂ ਮੈਂ ਕਲਾਕਾਰ ਬਣ ਗਿਆ, ਚਲੋ ਪਿਛਲੇ ਸਾਲ ਸਾਨੂੰ ਛੱਡ ਕੇ ਗਿਆ, ਮੈਂ ਪਿਛਲੇ 3-4 ਸਾਲ ਮੈਂ ਸਕਿੱਪ ਕਰ ਗਿਆ, ਮੈਂ ਬੜਾ ਕੁਛ ਸਿੱਖਣਾ ਸੀ, ਮੈਨੂੰ ਥੋੜਾ ਉਹ ਪਛਤਾਵਾ ਜਿਹਾ ਵੀ ਹੁੰਦਾ ਵੀ ਇਦਾਂ ਇਦਾਂ, ਪਰ ਜਿੰਨਾ ਕੁ ਵੀ ਮੈਂ ਉਹਨਾਂ ਨੂੰ ਸਿੱਖਿਆ ਮੈਂ ਹਮੇਸ਼ਾ ਉਹ ਆਪਦੇ ਨਾਲ ਰੱਖਦਾ. ਦੈਟਸ ਵੈਰੀ ਸਵੀਟ, ਦੈਟਸ ਵੈਰੀ ਗੁੱਡ. ਕਲਾਕਾਰਾਂ ਵਾਂਗੂ ਬਣਾ ਕੇ ਜੇ ਨਹੀਂ ਦੱਸੀ ਮੈਂ, ਪਰ ਸਹੀ ਗੱਲ ਹੈ. ਨੋ, ਇਹ ਗੱਲ ਬਹੁਤ ਵਧੀਆ ਹੈ ਕਿ ਤੁਸੀਂ ਇੰਨੀ ਵਧੀਆ ਸੋਚ ਰੱਖਦੇ ਆ, ਐਂਡ ਆਈ ਥਿੰਕ ਜਿਸ ਦੇ ਵਿੱਚ ਇਮਾਨਦਾਰੀ ਹੋਵੇ, ਜਿਸ ਦਿਲ ਦੇ ਵਿੱਚ ਇਮਾਨਦਾਰੀ ਹੋਵੇ, ਉਹਦਾ ਹਰ ਇੱਕ ਗੀਤ, ਹਰ ਇੱਕ ਕੰਮ ਜਿਹੜਾ ਬਣਾਇਆ ਹੁੰਦਾ ਹੈ ਉਹ ਹਮੇਸ਼ਾ ਚੱਲਦਾ ਹੀ ਹੈ, ਐਂਡ ਇਹ ਤੁਹਾਡੀ ਗੀਤਾਂ ਦੇ ਵਿੱਚ, ਤੁਹਾਡੀ ਆਵਾਜ਼ ਦੇ ਵਿੱਚ ਪਤਾ ਲੱਗ ਰਿਹਾ ਹੈ. ਨੀਤਾਂ ਨੂੰ ਪਤਾ ਹੁੰਦੀਆਂ, ਤੁਹਾਡੀ ਗੱਲ ਦਾ ਪੂਰਾ ਨਿਚੋੜ ਹੈ, ਜਿਹੋ ਜਿਹੀ ਆਪਣੀ ਨੀਤ ਹੋਊਗੀ ਉਹੋ ਜਿਹਾ ਆਪਾਂ ਨੂੰ ਰਿਜ਼ਲਟ ਮਿਲੂਗਾ ਜੀ. ਤੁਸੀਂ ਮੇਰੇ ਜਿੱਦਾਂ ਬੋਲ ਥੋੜੇ ਕਲੈਰੀਫਾਈ ਕਰ ਸਕਦੇ ਆ, ਕਿਉਂਕਿ ਲੇਖਕ ਵੀ ਹੋ ਤੁਸੀਂ, ਸੋ ਇਹਨੇ ਏਡਾ ਕੋਈ ਲਿਖਾ ਹੈਗਾ, ਮੈਂ ਉਦਾਂ ਹੀ ਆਪਣੇ ਥੋਟ ਜੀ ਲਿਖ ਸਕਦਾ, ਮੈਂ ਕੋਈ ਵੱਡਾ ਉਹ ਨਹੀਂ ਹੈਗਾ.
हिम्मत एक बार फिर तो तुहानू बहुत बहुत मुबारक थोड़ी एल्बम दी एल्बम थैंक बहुत यू ही जी, ज्यादा वधिया है थैंक आई थिंक असी इत्थे ऑफिस दे विच हर एक गीत लाउडली यू। प्ले हाँ प्रमोशन कर दो साड़ी। हाँ प्रमोशन असी जा रही है प्रमोशन बड़ी कर रहे हैं थैंक एंड यू सर। बहुत वधिया लगा थोड़े नाल गल करके यू आर सच अ ऑनेस्ट एंड वेरी वेरी हम्बल आर्टिस्ट बहुत सारे आर्टिस्टा ने असी गल करी दी है बट हम्बलनेस किते किते सानू भी मिसिंग लगती हुंदी है बट इट वाज वेरी वेरी नाइस टू टॉक टू यू बड़ा वधिया लगे जी गल करके, कुछ थैंक अपने यू। फैंस नु कहना चाहोगे क्योंकि बहुत सारे थोड़े फैंस देख रहे सी मैं सारे नु यही कहना चाहना कि यार चंगे इंसान बन के रहो, मैं एक आर्टिस्ट हाँ, जे तुसीं मैनू प्यार करदे आ ते मेरे सारे गीत सुनिया करो, ते चंगा लगदा माड़ा लगदा कुछ भी लगदा कावदे मैनू रिव्यू जरूर दिया करो एक सही लिसनर होने दे नाते, क्योंकि सानू भी पता लगदा रहे असीं कित्थे स्टैंड कर रहे हैं, ते मेरे सारे गाने सुनिया जरूर करो, मैं तुहाडे लई बनाउणा आ। बहुत बहुत प्यार, चंगे इंसान बनो, मापिया की सेवा करो, इदों वध के की है जिंदगी च। That's very nice. Thank you so much, Himmat, तुसी सारे ना live हुए. थैंक यू, And जदा हाँ lockdown पूरा होंदा, UK आओ ते आपा studio दे विच वधिया interview करांगे. बिल्कुल बिल्कुल, उधर ही आना सी पहला साडा, उधर ही आऊगा। मैं गाने भी प्लान कर रहा यूके दे होर म्यूजिक प्रोड्यूसर दे नाल, बहुत सोहना सोहना मैं कर रहा। That's very very exciting. Very very exciting. Thank you so much, Himmat. अपना ख्याल रखो, अपने family का ख्याल रखो, and take care. Bye थैंक यू, bye. बाय बाय।